हेलो एवरीवन, वेलकम टू द रेड बजर यूट्यूब चैनल। किदां हो जी सारे? आई होप कि तुसी सब वधिया होगे। तो मैं अनमोल अरोड़ा सर फिर तो जो है थोड़ा इस प्लेटफॉर्म ते स्वागत करदा जी। मैं थोनों फिर तो रिमाइंड करा देना कि आपां जो है पीएस सेट दी जो है पेपर वन अते पेपर टू उसकी जो है सीडीपी दे सेक्शन दी एक क्विक डिस्कशन कर रहे हैं। ओके जी, ਤਾਂ ਉਹ ਡਿਸਕਸ਼ਨ ਦਾ ਆਪਣਾ ਪਾਰਟ 1 ਪਹਿਲਾਂ ਡਿਸਕਸ ਹੋ ਚੁੱਕਿਆ। ਅਗਰ ਤੁਸੀਂ ਹਲੇ ਤੱਕ ਉਹ ਪਾਰਟ 1 ਨਹੀਂ ਦੇਖਿਆ ਤਾਂ ਜ਼ਰੂਰ ਤੋਂ ਦੇਖ ਲੀਜੀਏਗਾ। ਐਂਡ ਸਟਾਰਟ ਕਰਦੇ ਹਾਂ ਫਿਰ ਪਾਰਟ 2 ਨੂੰ। ਇਸ ਦੇ ਵਿੱਚ ਜੋ ਹੈ ਤੁਹਾਡੇ ਲਈ ਕੁਝ ਉਦਾਂ ਹੀ ਇੱਕ ਜੋ ਪਹਿਲਾਂ ਦੀ ਤਰ੍ਹਾਂ ਹੀ ਇੱਕ ਫਾਸਟ ਰਿਵੀਜ਼ਨ ਜੋ ਹੈ ਰਹਿਣ ਵਾਲੀ ਹੈ। ਐਂਡ ਆਈ ਹੋਪ ਕਿ ਤੁਸੀਂ ਜੋ ਹੈ ਫਰਸਟ ਪਾਰਟ ਨੂੰ ਬਹੁਤ ਇੰਜੋਏ ਕੀਤਾ ਹੋਏਗਾ ਐਂਡ ਮੈਕਸਿਮਮ ਫਰੈਂਡਸ ਤੱਕ ਸ਼ੇਅਰ ਵੀ ਕੀਤਾ ਹੋਏਗਾ। ਐਂਡ ਸਪੈਸ਼ਲੀ ਤੁਹਾਡੇ ਉਹ ਫਰੈਂਡਸ ਬਿਲਕੁਲ ਜੋ ਕਿ ਨੀਡੀ ਨੇ ਇਸ ਮਾਮਲੇ ਵਿੱਚ, ਠੀਕ ਹੈ। ਐਂਡ ਉਦਾਂ ਹੀ ਤੁਸੀਂ ਇਸ ਵੀਡੀਓ ਨੂੰ ਵੀ ਬਿਲਕੁਲ ਜੋ ਹੈ ਨੀਡੀ ਪਰਸਨਸ ਤੱਕ ਸ਼ੇਅਰ ਕਰਨਾ ਹੈ। ਐਂਡ ਫਿਰ ਤੋਂ ਕਹਿ ਰਿਹਾ ਵੀਡੀਓਜ਼ ਨੂੰ ਸਕਿਪ ਨਹੀਂ ਕਰਨਾ, ਬੈਨੀਫਿਟ ਇਹ ਤਾਂ ਹੀ ਦੇਣਗੀਆਂ। ਐਸੇ ਕਰਕੇ ਤਾਂ ਕੁਇਕ ਡਿਸਕਸ਼ਨ ਦੀ ਵੀਡੀਓਜ਼ ਨੇ, ਬਹੁਤ ਸ਼ੋਰਟ ਹੈ ਐਂਡ ਬਿਲਕੁਲ ਟੂ ਦਾ ਪੁਆਇੰਟ ਹੈ, ਠੀਕ ਹੈ। ਜੋ ਗੱਲਾਂ ਇਸ ਟਾਈਮ ਤੇ ਪਤਾ ਹੋਣੀਆਂ ਚਾਹੀਦੀਆਂ ਨੇ, ਬਸ ਉਹੀ ਗੱਲਾਂ ਆਪਾਂ ਕਰ ਰਹੇ ਹਾਂ ਇਹਨਾਂ ਦੇ ਵਿੱਚ। ਤਾਂ ਅੱਜ ਮੈਂ ਸਟਾਰਟ ਕਰਨ ਜਾ ਰਿਹਾ ਲੋਰੈਂਸ ਕੋਹਲਬਰਗ ਤੋਂ, ਠੀਕ ਹੈ। ਤਾਂ ਇਸ ਦੇ ਰਿਗਾਰਡਿੰਗ ਆਪਾਂ ਦੇਖਦੇ ਹਾਂ। ਲੋਰੈਂਸ ਕੋਹਲਬਰਗ ਦੇ ਰਿਗਾਰਡਿੰਗ ਤੁਸੀਂ ਜਾਣਦੇ ਹੋ ਕਿ ਲੋਰੈਂਸ ਕੋਹਲਬਰਗ ਦੀ ਜੋ ਥਿਊਰੀ ਹੈ ਉਹ ਅਸੀਂ ਸਭ ਜਾਣਦੇ ਹਾਂ, ਮੋਰਲ ਡਿਵੈਲਪਮੈਂਟ ਦੀ ਥਿਊਰੀ ਹੈ, ਠੀਕ ਹੈ। ਨੈਤਿਕ ਵਿਕਾਸ ਦਾ ਸਿਧਾਂਤ ਹੈ। ਐਸ ਪਰਸਨ ਦੀ ਥਿਊਰੀ ਜੋ ਹੈ 3 ਲੈਵਲਸ ਅਤੇ 6 ਸੇਜਿਸ ਤੇ ਜੋ ਹੈ ਡਿਪੈਂਡ ਕਰਦੀ ਹੈ। ਇਸਨੇ ਆਪਣੀ ਥਿਊਰੀ ਨੂੰ 3 ਪੱਧਰਾਂ ਅਤੇ 6 ਪੜਾਵਾਂ ਵਿੱਚ ਜੋ ਹੈ ਵੰਡਿਆ ਹੋਇਆ ਹੈ। ਹਾਂ, ਜਾਣਦੇ ਹੋਵੋਗੇ ਤੁਸੀਂ ਉਹ ਹਾਇਨਜ਼ ਵਾਲੀ ਸਟੋਰੀ ਨੂੰ, ਠੀਕ ਹੈ। ਤਾਂ ਹਾਇਨਜ਼ ਡਾਇਲਮਾ ਵੀ ਇਸੇ ਦੀ ਥਿਊਰੀ ਨਾਲ ਹੀ ਜੋ ਹੈ ਉਹ ਲਿੰਕ ਹੁੰਦਾ ਹੈ। ਇਸ ਦੇ ਬਾਰੇ ਵਿੱਚ ਤੁਸੀਂ ਬਿਲਕੁਲ ਸਭ ਜਾਣਦੇ ਹੋਵੋਗੇ ਹਾਇਨਜ਼ ਦੇ ਦੁਵਿਧਾ ਦੇ ਬਾਰੇ ਵਿੱਚ। ਐਂਡ ਇਹ ਦੁਵਿਧਾ ਕਿਹੜੀ ਹੈ? ਜਸਟ ਅਗਰ ਆਪਾਂ ਗੱਲ ਕਰੀਏ, ਦੁਵਿਧਾ ਉਸ ਟਾਈਮ ਦੀ ਅਵਸਥਾ ਨੂੰ ਕਿਹਾ ਜਾਂਦਾ ਹੈ ਜਦੋਂ ਪਰਸਨ ਸਹੀ ਅਤੇ ਗਲਤ ਵਿੱਚ ਫੈਸਲਾ ਨਹੀਂ ਲੈ ਪਾਉਂਦਾ, ਜਾਂ ਤਾਂ ਉਸਨੂੰ ਦੋਨੋਂ ਰਾਸਤੇ ਮੰਨ ਕੇ ਚੱਲਦੇ ਹਾਂ, ਉਸਦੇ ਸਾਹਮਣੇ ਦੋ ਰਾਸਤੇ ਆ, ਜਾਂ ਤਾਂ ਉਸਨੂੰ ਦੋਨੋਂ ਸਹੀ ਦਿਖਾਈ ਦੇ ਰਿਹਾ ਜਾਂ ਦੋਨੋਂ ਗਲਤ ਦਿਖਾਈ ਦੇ ਰਿਹਾ, ਤਾਂ ਇਹ ਉਸ ਟਾਈਮ ਦੀ ਸੇਟ ਹੁੰਦੀ ਹੈ। ਤਾਂ ਮੈਂ ਗੱਲ ਕਰਦਾ ਹੁਣ ਡਾਇਰੈਕਟ ਉਹਨਾਂ ਲੈਵਲਸ ਦੀ ਜੋ ਕਿ ਇਸਨੇ ਦੱਸੇ ਸੀ। ਤਾਂ 3 ਲੈਵਲ ਅਤੇ 6 ਸੇਜਿਸ ਬਾਰੇ ਗੱਲ ਕੀਤੀ ਹੈ ਲੋਰੈਂਸ ਕੋਹਲਬਰਗ ਨੇ, ਐਂਡ ਉਹੀ ਆਪਾਂ ਵੀ ਜੋ ਹੈ ਇਹਦੇ ਥਰੂ ਦੇਖ ਰਹੇ ਹਾਂ। ਦੇਖੋ, 3 ਲੈਵਲ ਅਤੇ 6 ਸੇਜਿਸ ਦੇ ਤਹਿਤ ਅਗਰ ਆਪਾਂ ਦੇਖੀਏ ਤਾਂ ਪਹਿਲਾ ਲੈਵਲ ਉਸਦੇ ਤਹਿਤ ਆ ਜਾਂਦਾ ਹੈ ਪ੍ਰੀ ਕਨਵੈਨਸ਼ਨਲ ਲੈਵਲ, ਸੈਕਿੰਡ ਆਏਗਾ ਕਨਵੈਨਸ਼ਨਲ ਲੈਵਲ, ਐਂਡ ਥਰਡ ਆਏਗਾ ਪੋਸਟ ਕਨਵੈਨਸ਼ਨਲ ਲੈਵਲ। ਤਾਂ ਇਹਨਾਂ ਤਿੰਨਾਂ ਬਾਰੇ ਆਪਾਂ ਦੇਖਣਾ ਹੋਏਗਾ। ਤਾਂ ਦੇਖੋ ਜੀ, ਪਹਿਲੇ ਲੈਵਲ ਦੀ ਅਵਸਥਾ ਦੇ ਲਈ ਆਪਾਂ ਦੇਖੀਏ ਤਾਂ ਕੁਝ ਟਾਈਮ ਪੀਰੀਅਡ ਦਾ ਇਸਦਾ ਤੁਸੀਂ ਸਮਝ ਸਕਦੇ ਹੋ, 4 ਤੋਂ 9-10 ਸਾਲ ਤੱਕ ਦਾ ਇਹ ਸਮਾਂ ਰਹਿੰਦਾ ਹੈ। ਤਾਂ ਬਾਕੀ ਅਗਰ ਆਪਾਂ ਗੱਲ ਕਰੀਏ ਪੂਰਵ ਰਸਮੀ ਪੱਧਰ, ਇੱਥੇ ਪਹਿਲੀ ਸਟੇਜ ਆਉਂਦੀ ਹੈ ਪਨਿਸ਼ਮੈਂਟ ਐਂਡ ਓਬੀਡੀਅੰਸ। ਇੱਥੇ ਪਰਸਨ ਨੈਤਿਕਤਾ ਅਪਣਾਉਂਦਾ ਹੈ ਜਾਂ ਤਾਂ ਕਿਸੇ ਦੀ ਸਜ਼ਾ ਤੋਂ ਡਰ ਤੋਂ ਜਾਂ ਫਿਰ ਕਿਸੇ ਦੀ ਆਗਿਆ ਦਾ ਪਾਲਣ ਕਰਨ ਦੇ ਲਈ। ਤਾਂ ਇਹ ਇੰਪੋਰਟੈਂਟ ਪੁਆਇੰਟ। ਦੂਸਰੀ ਚੀਜ਼ ਅਗਰ ਆਪਾਂ ਇਹਦੇ ਵਿੱਚ ਦੇਖੀਏ ਸੈਂਕਿਟ ਸੇਜ ਦੇ ਵਿੱਚ, ਤਾਂ ਇੰਡੀਵਿਜੁਅਲਿਜ਼ਮ ਐਂਡ ਐਕਸਚੇਂਜ ਤੁਸੀਂ ਦੇਖ ਸਕਦੇ ਹੋ। ਵਿਅਕਤੀਗਤਤਾ ਅਤੇ ਆਦਾਨ ਪ੍ਰਦਾਨ, ਇਹ ਕੰਮ ਤੂੰ ਮੇਰੇ ਲਈ ਕਰ ਦੇ, ਤੈਨੂੰ ਇਹ ਕੰਮ ਮੈਂ ਤੇਰੇ ਲਈ ਕਰ ਦੂੰਗਾ। ਤਾਂ ਉਹ ਚੀਜ਼ ਇਹਦੇ ਵਿੱਚ ਦੇਖਣ ਨੂੰ ਮਿਲ ਜਾਂਦੀ ਹੈ, ਕਾਫੀ ਇੰਪੋਰਟੈਂਟ ਪੁਆਇੰਟ ਰਹਿੰਦਾ ਇਹਦੇ ਵਿੱਚ। ਕਰੰਟ ਵਾਲੇ ਸੀਟੈਟ ਵਿੱਚ ਵੀ ਜੋ ਹੈ ਉਹ ਕੁਐਸਚਨ ਆਇਆ ਹੋਇਆ ਹੈ, ਠੀਕ ਹੈ, ਉਹ ਤੁਸੀਂ ਦੇਖ ਸਕਦੇ ਹੋ। ਐਂਡ ਇਸ ਤੋਂ ਇਲਾਵਾ ਅਗਰ ਮੈਂ ਗੱਲ ਕਰਾਂ, ਇੱਥੇ ਪਰਸਨ ਰਿਵਾਰਡ ਦੇ ਲਈ ਵੀ ਕੰਮ ਕਰਦਾ ਹੋਇਆ ਪਾਇਆ ਜਾਏਗਾ, ਇੱਥੇ ਪਰਸਨ ਖੁਸ਼ੀ ਦੇ ਲਈ ਵੀ, ਉਹ ਸਭ ਚੀਜ਼ਾਂ ਇੱਥੇ ਹੈ ਸਾਡੇ ਲਈ, ਹਨਾ। ਤਾਂ ਉਹ ਸਭ ਜਾਣਦੇ ਹਾਂ ਅਸੀਂ। ਐਂਡ ਇਸ ਤੋਂ ਇਲਾਵਾ ਕਨਵੈਨਸ਼ਨਲ ਲੈਵਲ, ਕਨਵੈਨਸ਼ਨਲ ਲੈਵਲ ਰਸਮੀ ਪੱਧਰ ਜਿਸ ਦੇ ਤਹਿਤ ਅਗਰ ਮੈਂ ਗੱਲ ਕਰਾਂ ਤਾਂ ਤੁਹਾਨੂੰ 2 ਸਟੇਜਿਸ ਅੱਗੇ ਵੀ ਦੇਖਣ ਨੂੰ ਮਿਲ ਜਾਣਗੀਆਂ। ਦੇਖੋ, ਪਰਫੈਕਟ ਟਾਈਮ ਤਾਂ ਇਸ ਦੇ ਲਈ ਨਹੀਂ ਦੱਸਿਆ ਜਾਂਦਾ, 10 ਤੋਂ 13 ਸਾਲ ਜਾਂ ਕਈ ਵਾਰ ਅਡੋਲਸੈਂਸ ਤੱਕ ਵੀ ਜਾਇਆ ਜਾਂਦਾ, ਅਲੱਗ ਅਲੱਗ ਬੁੱਕਸ ਦੇ ਵਿੱਚ ਅਲੱਗ ਅਲੱਗ ਹੈ, ਉਹ ਸਾਨੂੰ ਜ਼ਿਆਦਾ ਦੇਖਣ ਦੀ ਜ਼ਰੂਰਤ ਹੈ ਨਹੀਂ, ਕਿਉਂਕਿ ਕਦੇ ਵੀ ਇਸਨੇ ਏਜ ਨਹੀਂ ਪੁੱਛੀ ਹੈ। ਹੁਣ ਅਗਰ ਆਪਾਂ ਇਸ ਪੁਆਇੰਟ ਨੂੰ ਸਮਝੀਏ ਤੀਜੀ ਅਵਸਥਾ ਨੂੰ, ਤਾਂ ਇੱਥੇ ਪਰਸਨ ਦੂਸਰਿਆਂ ਨੂੰ ਚੰਗਾ ਲੱਗਣ ਵਾਲਾ ਵਿਵਹਾਰ ਕਰਦਾ ਹੈ। ਉਹ ਇਸ ਤਰ੍ਹਾਂ ਦਾ ਵਿਵਹਾਰ ਕਰਦਾ ਹੈ ਕਿ ਲੋਕ ਉਸਨੂੰ ਚੰਗਾ ਮੁੰਡਾ ਜਾਂ ਚੰਗੀ ਕੁੜੀ ਕਹਿਣ, ਠੀਕ ਹੈ। ਤਾਂ ਇਹ ਫੀਲਿੰਗ ਉੱਥੇ ਬੱਚੇ ਵਿੱਚ ਹੁੰਦੀ ਹੈ। 4 ਸੇਜ ਤੇ ਆਓਗੇ ਤਾਂ ਬੱਚਾ ਜੋ ਹੈ ਜਾਂ ਕੋਈ ਪਰਸਨ ਹੈ ਉਹਨੂੰ ਕਾਨੂੰਨੀ ਨਿਯਮਾਂ ਨੂੰ ਸਮਝਣਾ ਸ਼ੁਰੂ ਕਰ ਦਿੰਦਾ ਹੈ, ਕਾਨੂੰਨੀ ਨਿਯਮਾਂ ਨੂੰ ਮਹੱਤਤਾ ਦੇਣੀ ਸ਼ੁਰੂ ਕਰ ਦਿੰਦਾ ਹੈ, ਇਹ 4 ਤੇ ਹੁੰਦਾ ਹੈ। ਲਾਸਟ ਲੈਵਲ ਆਪਣੇ ਕੋਲ ਰਹਿੰਦਾ ਹੈ ਪੋਸਟ ਕਨਵੈਨਸ਼ਨਲ ਲੈਵਲ, ਜਿਸ ਦੀ ਨੈਤਿਕਤਾ ਨੂੰ ਸਭ ਤੋਂ ਹਾਰਡ ਲੈਵਲ ਦੀ ਨੈਤਿਕਤਾ ਮੰਨਿਆ ਗਿਆ ਸੀ ਕਈ ਬੁੱਕਸ ਵਿੱਚ। 18 ਸਾਲ ਤੋਂ ਬਾਅਦ ਦੀ ਅਵਸਥਾ ਮੀਨਸ ਅਡੋਲਸੈਂਸ ਤੋਂ ਬਾਅਦ ਦੀ ਅਵਸਥਾ, ਕਈਆਂ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਇੱਦਾਂ ਡਿਫਾਈਨ ਕੀਤਾ ਜਾਂਦਾ ਹੈ। ਜੋ ਆਪਾਂ ਅਗਰ ਆਪਾਂ ਦੇਖੀਏ ਤਾਂ ਇਹ ਅਵਸਥਾ 13 ਸਾਲ ਤੋਂ ਬਾਅਦ ਦੀ ਹੈ, ਤਾਂ ਉਹ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਏਜ ਕੋਈ ਮਾਇਨੇ ਨਹੀਂ ਰੱਖਦੀ ਹੈ, ਕਦੇ ਵੀ ਪੁੱਛੀ ਨਹੀਂ ਗਈ ਹੈ, ਤਾਂ ਤੁਸੀਂ ਵੀ ਕੋਈ ਜ਼ਿਆਦਾ ਫੋਕਸ ਨਹੀਂ ਕਰਨਾ। 5th ਸੇਜ ਹੈ ਸੋਸ਼ਲ ਕੰਟੈਕਟ ਓਰੀਐਂਟੇਸ਼ਨ। ਹੁਣ ਇੱਥੇ ਪਰਸਨ ਨਿਯਮਾਂ ਨੂੰ ਬਦਲਦਾ ਹੋਇਆ ਪਾਇਆ ਜਾਏਗਾ, ਉਹ ਚੀਜ਼ਾਂ ਹੈ ਇੱਥੇ ਲਾਸਟ ਸਟੇਜ ਤੇ, ਬਿਲਕੁਲ ਦੂਜਿਆਂ ਦੀ ਭਲਾਈ ਲਈ ਆਪਣੀ ਇੱਛਾਵਾਂ ਦਾ ਸੈਕਰੀਫਾਈਸ ਕਰਦਾ ਹੋਇਆ, ਉਹ ਸਭ ਤੁਸੀਂ ਇੱਥੇ ਦੇਖ ਸਕਦੇ ਹੋ ਲਾਸਟ ਸਟੇਜ ਤੇ। ਐਂਡ ਲਾਸਟ ਸਟੇਜ ਦੀ ਨੈਤਿਕਤਾ ਨੂੰ ਸਭ ਤੋਂ ਹਾਰਡ ਲੈਵਲ ਦੀ ਜੋ ਹੈ ਸਭ ਤੋਂ ਹਾਰਡ ਸਟੇਜ ਮੰਨਿਆ ਗਿਆ ਨੈਤਿਕਤਾ ਵਾਲੇ ਪੱਖ ਤੋਂ, ਕਿਉਂਕਿ ਇਸ ਸਟੇਜ ਦੀ ਨੈਤਿਕਤਾ
हर एक पर्सन द्वारा अपनाई जा सके, कोई जरूरी नहीं है। तो एक काफी एक इंपोर्टेंट टर्म है इसके तहत, जो कि इसके तहत तुसी देख सकते हो, काफी इंपोर्टेंट थ्योरी रहती है इसकी। वैसे इन्हें भी ज्यादा क्वेश्चन नहीं आते, दोनों ही पेपर्स दे एक एक क्वेश्चन होएगा, मैक्सिमम दो क्वेश्चन, इस तो ज्यादा क्वेश्चन नहीं होंगे। अज मैं ज्यादा इस दे नाल थोड़े लिए फोकस करने वाला लर्निंग और इंटेलीजेंस के टॉपिक्स को। तो ठीक है, पेन कॉपी तो बिल्कुल थोड़ा रेडी है, चल भी रही है उसकी तो बिल्कुल स्पीड बिल्कुल इस दे नाल नाल। ठीक है, तो समझते हैं फिर इस चीज़ में भी, तो देख लेने हैं। बिल्कुल फ्रेंड्स तक शेयर जरूर कर दो जिन्होंने भी इन्हें जरूरत है। ठीक है, तो देखते हैं जी इसके लिए। तो देखो, लर्निंग टॉपिक काफी इंपोर्टेंट रोल अदा करता है। एंड विच पंच थ्योरीज थोड़े लिए मोस्ट इंपोर्टेंट है। हुन मैं उन्होंने रिगार्डिंग ही गल करांगा, उन्होंने लिए जो जो इंपोर्टेंट पॉइंट्स थोड़े लिए हो सकते हैं वही सब मैं थोड़े नाल भी जो है शेयर करूंगा। देखो, पहला क्वेश्चन तो थोड़े लिए जो इतों निकल के आंदा है वो ये है कि फादर ऑफ लर्निंग कौन ने। तो जानते हो गए सब कि जो फादर है लर्निंग दे, तो उस परसन का जो नेम है थोनडाइक है। ठीक है, तो एक क्वेश्चन था ये जो कि थोड़े दिमाग में रहना चाहिए है। ठीक है, इस तो इलावा ऐसे परसन की ही थ्योरी भी थोड़े लिए इंपोर्टेंट रहती है। हुन इस परसन की थ्योरी का नेम थानू पता होएगा, थ्योरी का नेम की है, ट्रायल एंड एरर थ्योरी। पंजाबी विच आपा कह सकते हाँ यतन अते भुल विधि सिद्धांत है ना, यही है सब। हुण अगर आपां इन्हां नूं समझीए, यतन अते भुल विधि सिद्धांत नूं, देखो इहदे तहत तुसीं की देखोगे, इहदे तहत तुहाडे लई इंपोर्टेंट पॉइंट ये आ जांदा है। पहली चीज थ्योरी किसकी है, मैं तुहानूं पहलां ही दस चुक्कियां, थोनडाइक की ही थ्योरी है। वैसे इसका फुल नेम एडवर्ड ली थोनडाइक है, थोनों को ज्यादा देखने की जरूरत नहीं है। एक्सपेरिमेंट इसका कैट ते सीगा सी जानते हाँ। ठीक है, कैट ते डिपेंड करती है इसकी थ्योरी, तो वो एक इंपोर्टेंट पॉइंट थोड़े लिए। हम अगर मैं इस चीज़ को क्लीयर करा थोड़े लिए, तो ऐसी सारी की सारी थ्योरी ऐसे एक पॉइंट से निर्भर करती है। ठीक है, हूँ एक पॉइंट थोड़े लिए किदा काम करेगा इस चीज़ को अगर आप समझिए, तो इन तहत गल यह होंगी है कि जो एक व्यक्ति है, मीनस इस नाल ही रिलेट किया गया, पहला इतने कैट की गल की गई सी, कैट के थ्रू एक्सपैरिमेंट करके सानू सब कुछ समझाया गया। कहते जो एक परसन हुंदा है अपनी लाइफ विच इस तरीके नाल सीखता है कि पहला यतन करेगा, फिर उसको कुछ ना कुछ एरर्स होंगे, कुछ ना कुछ मिसटेक्स होंगे, फिर यतन करेगा उन्हां भुलां तो सीखता होया, फिर कुछ ना कुछ गलतियां करेगा, फिर यतन करेगा उन्हां भुलां तो सीखता होया, मिसटेक्स तो एरर्स तो लर्न करता होया, फिर अगे एरर्स हो जाते हैं। तो उसकी सीखना एंदे ते निर्भर करता है, एरर्स होंगे है, गलतियां होंगे है, फिर कुछ सीखता है, फिर गलतियां तो सीखता है, फिर यतन करता है, फिर गलतियां होंगे है, फिर उन्हां तो सीखता होया यतन करता है। तो यह सब प्रोसैस ऐसे तरह चलता रहता है। तो सिंपल ऐसे करके इस थ्योरी का नेम भी जो है ट्रायल एंड एरर थ्योरी है। बाकी एडवर्ड ली थोनडाइक बहुत इंपोर्टेंट परसन इस मामले में, रिवॉर्ड एंड पनिशमेंट नू इंपोर्टेंस देंदे सी। ठीक है, तो कहते सी बच्चा अगर कोई काम करता है वधिया तो उसनू रिवॉर्ड दो, अदरवाइज पनिश करो। ठीक है, तो यह चीज़ा इन्हें देखने को मिलती सगिया, तो यह इंपोर्टेंट टर्म के तौर पर है। वैसे बिहेवियरिस्ट दसी गई सके वो भी तुम देख सकते हो। इस तो इलावा अगर मैं गल करा जो इस तहत तुम देख सकते हो जो नैक्सट टर्म थोड़े लिए इन हो सकती है, वो नैक्सट टर्म यह रहेगी एक थ्योरी वाली साइड तो वो रही है क्लासिकल कंडीशनिंग थ्योरी। तो क्लासिकल कंडीशनिंग थ्योरी किसती है, जो मीन्स जो सब तो पहला आई, पहली चीज था वो। ठीक है, तो सब तो पहला जो है तुसी जानते होगे, तो सब तो पहला जो क्लासिकल कंडीशनिंग थ्योरी आई सी, यतन अते भुल विधि सिद्धांत कह सकते हैं आप उसनू, तो वो सिद्धांत जो सीगा, सॉरी पंजाबी विच इसनू तुसी सनातनी अनुबंधन सिद्धांत कह सकते हो ना। ठीक है, तो सनातनी अनुबंधन सिद्धांत इसका पंजाबी ट्रांसलेशन तुसी कह सकते हो क्लासिकल कंडीशनिंग थ्योरी, तो ये तुसी देख लेना। तो ये अपने कोल हुण अगर आप समझिए इसनू, तो ये जो थ्योरी है क्लासिकल कंडीशनिंग थ्योरी, सब तो पहला देने वाले परसन पैवलव, आइवन पैवलव, कंडीशनिंग के पितामा भी यही ने, पहला क्वेश्चन आ चुके हैं साढ़े पी एस एट विच ही। ठीक है, जिन्होंने नहीं कदे पढ़िया तो मैं दस ही दिता। ठीक है, तो हर एक सेट विच लगभग ये एक एक बार क्वेश्चन जरूर तो बने ही हुआ है कि फादर ऑफ कंडीशनिंग कौन है। तो इंपोर्टेंट टर्म है क्योंकि पहले
ਪਰਸਨ ਵੀ ਇਹੀ ਸੀ ਜਿਨ੍ਹਾਂ ਨੇ ਕੰਡੀਸ਼ਨਿੰਗ ਤੇ ਥਿਊਰੀ ਦਿੱਤੀ ਹੋਈ ਸੀ, ਤਾਂ ਉਹ ਇੱਕ ਇੰਪੋਰਟੈਂਟ ਟਰਮ ਵੀ ਰਹਿੰਦੀ ਹੈ ਤੁਹਾਡੇ ਲਈ ਇਸ ਦੇ ਤਹਿਤ। ਬਾਕੀ ਡੌਗ ਤੇ ਐਕਸਪੈਰੀਮੈਂਟ ਸੀਗਾ ਇਸ ਦਾ, ਸਾਰੀ ਦੇ ਸਾਰਾ ਤੁਹਾਨੂੰ ਪਤਾ ਹੋਏਗਾ ਕਿ ਇਸਨੇ ਡੌਗ ਨੂੰ ਕੰਡੀਸ਼ਨਡ ਕੀਤਾ ਸੀ, ਐਂਡ ਜੋ ਲਾਸਟ ਤੇ ਸਾਰੇ ਦਾ ਸਾਰਾ ਰਿਸਪੌਂਸ ਪ੍ਰਾਪਤ ਹੋਇਆ ਸੀਗਾ, ਉਹ ਸਾਰੇ ਦਾ ਸਾਰਾ ਰਿਸਪੌਂਸ ਕਹਿਲਾਇਆ ਸੀ ਜਦੋਂ ਉਸਨੇ ਸਿਰਫ ਘੰਟੀ ਤੇ ਰਿਸਪੌਂਸ ਕੀਤਾ ਸੀਗਾ। ਠੀਕ ਹੈ, ਤਾਂ ਉਹ ਘੰਟੀ ਤੇ ਸਿਰਫ ਰਿਸਪੌਂਸ ਕਰਨ ਨਾਲ ਜੋ ਸਾਨੂੰ ਸਮਝ ਲੱਗੀ ਸੀ ਉਸ ਦੇ ਤਹਿਤ, ਤਾਂ ਉਹ ਇਹ ਸੀਗਾ ਕਿ ਕੰਡੀਸ਼ਨ ਰਿਸਪੌਂਸ ਦੇ ਤਹਿਤ ਉਹ ਗੱਲਾਂ ਹੋਈਆਂ ਸੀ। ਠੀਕ ਹੈ, ਉਹ ਸਭ ਅਸੀਂ ਸਮਝ ਸਕਦੇ ਹਾਂ ਉਸ ਦੇ ਤਹਿਤ। ਇਸ ਤੋਂ ਇਲਾਵਾ ਤੁਸੀਂ ਹੋਰ ਕੀ ਦੇਖ ਸਕਦੇ ਹੋ? ਕਲਾਸੀਕਲ ਕੰਡੀਸ਼ਨਿੰਗ ਇੱਕ ਹੋਰ ਪਰਸਨ ਨੇ ਵੀ ਦਿੱਤੀ ਸੀ, ਪਰ ਉਹ ਇਸ ਪਰਸਨ ਤੋਂ ਬਾਅਦ ਹੀ ਦਿੱਤੀ ਸੀ। ਉਸਨੂੰ ਵੀ ਪੰਜਾਬੀ ਵਿੱਚ ਸਨਾਤਨੀ ਅਨੁਬੰਧਨ ਸਿਧਾਂਤ ਤਾਂ ਕਹੋਗੇ ਹੀ ਕਹੋਗੇ। ਤਾਂ ਇਹ ਥਿਊਰੀ ਸੀ ਵਾਟਸਨ ਦੀ, ਹੈ ਨਾ। ਤਾਂ ਵਾਟਸਨ ਨੇ ਇੱਕ ਛੋਟੇ ਬੱਚੇ ਤੇ ਜਿਸਦਾ ਨੇਮ ਸੀਗਾ ਐਲਬਰਟ, ਉਸ ਤੇ ਐਕਸਪੈਰੀਮੈਂਟ ਕੀਤਾ ਸੀ। ਐਲਬਰਟ ਦੀ ਏਜ ਜਾਣਦੇ ਹੋਗੇ 11 ਮਹੀਨੇ ਦਾ ਬੱਚਾ ਸੀ, ਉਸ ਤੇ ਜੋ ਹੈ ਐਕਸਪੈਰੀਮੈਂਟ ਕਰਦਿਆਂ ਹੋਇਆ ਆਪਣੀ ਇਹ ਥਿਊਰੀ ਜੋ ਹੈ ਵਿਕਸਿਤ ਕੀਤੀ ਸੀ। ਤਾਂ ਇੱਕ ਪੁਆਇੰਟ ਬਾਕੀ ਇਸ ਦੇ ਨਾਲ ਇਸਨੇ ਕਲੀਅਰ ਕੀਤਾ ਸੀ ਕਿ ਕੰਡੀਸ਼ਨਿੰਗ ਦੇ ਨਾਲ ਹਿਊਮਨਸ ਵੀ ਲਰਨ ਕਰ ਸਕਦੇ ਹੈ। ਤਾਂ ਇਹ ਸਭ ਗੱਲਾਂ ਇਸਨੇ ਸਾਡੇ ਸਾਹਮਣੇ ਰੱਖੀਆਂ ਸੀ। ਬਾਕੀ ਫਾਦਰ ਆਫ ਬਿਹੇਵੀਅਰਿਜ਼ਮ ਵਾਟਸਨ ਹੀ ਹੈ, ਜੇ ਬੀ ਵਾਟਸਨ, ਕਾਫੀ ਇੱਕ ਇੰਪੋਰਟੈਂਟ ਪੁਆਇੰਟ ਤੁਹਾਡੇ ਲਈ, ਇਸ ਨੂੰ ਜ਼ਰੂਰ ਤੋਂ ਤੁਸੀਂ ਜੋ ਹੈ ਧਿਆਨ ਵਿੱਚ ਰੱਖ ਸਕਦੇ ਹੋ। ਇਸ ਤੋਂ ਬਾਅਦ ਦੀ ਗੱਲ ਕਰਾਂ ਤਾਂ ਇੱਕ ਪਰਸਨ ਦੀ ਥਿਊਰੀ ਜੋ ਕਿ ਬਿਹੇਵੀਅਰਿਸਟ ਲੋਕਾਂ ਵਾਲੀ ਸਾਈਡ ਤੋਂ ਉਹ ਹੋਰ ਵੀ ਇੱਕ ਫੇਮਸ ਥਿਊਰੀ ਹੈ, ਤਾਂ ਉਹ ਥਿਊਰੀ ਹੈ ਓਪਰੈਂਟ ਕੰਡੀਸ਼ਨਿੰਗ ਥਿਊਰੀ। ਹੁਣ ਓਪਰੈਂਟ ਕੰਡੀਸ਼ਨਿੰਗ ਥਿਊਰੀ ਇੱਕ ਅਲੱਗ ਟਾਈਪ ਦੀ ਥਿਊਰੀ ਹੈ, ਜਿਸ ਨੂੰ ਮੀਨਸ ਹਾਲੇ ਤੱਕ ਜਿੰਨੀ ਥਿਊਰੀਜ਼ ਆਈਆਂ ਸੀ ਕੰਡੀਸ਼ਨਿੰਗ ਦੀਆਂ, ਉਹਨਾਂ ਤੋਂ ਇੱਕ ਅਲੱਗ ਪ੍ਰਕਾਰ ਦੀ ਥਿਊਰੀ ਸੀ। ਪੰਜਾਬੀ ਵਿੱਚ ਵੈਸੇ ਆਪਾਂ ਇਸ ਨੂੰ ਕਹਿ ਸਕਦੇ ਹਾਂ ਸਕ੍ਰਿਆ ਅਨੁਬੰਧਨ ਸਿਧਾਂਤ। ਹੁਣ ਇਹ ਥਿਊਰੀ ਕਿਸ ਪਰਸਨ ਦੀ ਸੀ? ਇਹ ਥਿਊਰੀ ਸੀਗੀ ਬੀ ਐਫ ਸਕਿਨਰ ਦੀ। ਬੀ ਐਫ ਸਕਿਨਰ ਕਾਫੀ ਫੇਮਸ ਪਰਸਨ, ਪਹਿਲਾਂ ਵੀ ਅਸੀਂ ਕਾਫੀ ਵਾਰ ਡਿਸਕਸ ਕੀਤਾ, ਜਿਨ੍ਹਾਂ ਨੇ ਕਿ ਪ੍ਰੀਵੀਅਸ ਵੀਡੀਓਜ਼ ਦੇਖੀਆਂ ਹੋਣਗੀਆਂ ਉਹਨਾਂ ਦੇ ਵਿੱਚ ਕਾਫੀ ਵਾਰ ਡਿਸਕਸ ਹੋ ਚੁੱਕਿਆ ਹੈ ਕਿ ਬੀ ਐਫ ਸਕਿਨਰ ਕਾਫੀ ਫੇਮਸ ਬਿਹੇਵੀਅਰਿਸਟ ਦੇ ਤੌਰ ਤੇ ਜੋ ਹੈ ਸਾਹਮਣੇ ਆਏ ਸੀਗੇ। ਕਾਫੀ ਬੈਸਟ ਇਹਨਾਂ ਦਾ ਵਰਕ ਰਿਹਾ ਸੀਗਾ, 20th ਸੈਂਚੁਰੀ ਦੇ ਬੈਸਟ ਸਾਈਕੋਲੋਜਿਸਟ ਮੰਨੇ ਗਏ ਸੀ। ਤਾਂ ਉਹ ਸਭ ਗੱਲਾਂ ਦਾ ਸਾਨੂੰ ਗਿਆਨ ਹੈ ਹੁਣ ਤਾਂ ਉਹ ਚੀਜ਼ਾਂ ਨੂੰ ਮੈਂ ਵਾਰ ਵਾਰ ਰਿਵਾਈਜ਼ ਨਹੀਂ ਕਰਾਂਗਾ ਤੁਹਾਡੇ ਲਈ। ਠੀਕ ਹੈ, ਹੁਣ ਇਸ ਸਾਈਡ ਤੋਂ ਦੇਖੀਏ, ਇਸ ਪਰਸਨ ਦੇ ਵੀ ਐਕਸਪੈਰੀਮੈਂਟਸ ਨੂੰ ਅਸੀਂ ਜਾਣਦੇ ਹਾਂ। ਇੱਕ ਇਸਦਾ ਐਕਸਪੈਰੀਮੈਂਟ ਰੈਟ ਤੇ ਚੂਹੇ ਤੇ ਰਿਹਾ, ਐਂਡ ਦੂਸਰਾ ਇਸਦਾ ਇੱਕ ਐਕਸਪੈਰੀਮੈਂਟ ਪੀਜ਼ਨ ਤੇ ਕਬੂਤਰ ਤੇ ਰਿਹਾ ਸੀਗਾ। ਠੀਕ ਹੈ, ਤਾਂ ਉਹ ਇੱਕ ਅਸੀਂ ਉਹਨਾਂ ਨੂੰ ਵੀ ਦੇਖ ਸਕਦੇ ਹਾਂ ਜਿਨ੍ਹਾਂ ਦੇ ਬੇਸਿਸ ਤੇ ਜੋ ਹੈ ਇਸਦੀ ਉਹ ਗੱਲ ਆ ਜਾਂਦੀ ਹੈ, ਤਾਂ ਉਹ ਇੱਕ ਪੁਆਇੰਟ। ਬਾਕੀ ਬੀ ਐਫ ਸਕਿਨਰ ਨੇ ਰੀਇਨਫੋਰਸਮੈਂਟ ਦਾ ਕਨਸੈਪਟ ਦਿੱਤਾ ਹੋਇਆ, ਇੱਥੋਂ ਇਸਦੀ ਥਿਊਰੀ ਰੀਇਨਫੋਰਸਮੈਂਟ ਥਿਊਰੀ ਦੇ ਨੇਮ ਨਾਲ ਵੀ ਜਾਣੀ ਗਈ ਸੀ। ਉਹ ਕਾਫੀ ਇੱਕ ਇੰਪੋਰਟੈਂਟ ਟਰਮ ਹੈ ਜਿਸ ਨੂੰ ਤੁਸੀਂ ਖੁਦ ਸਮਝ ਸਕਦੇ ਹੋ। ਪੁਨਰਬਲਨ ਦਾ ਸਿਧਾਂਤ ਇਸ ਵਾਰ ਦੇ ਐਚ ਟੈਟ ਵਿੱਚ ਵੀ ਕੁਸ਼ਚਨ ਸੀ, ਪਹਿਲਾਂ ਪੀ ਐਸ ਸੈਟ ਵਿੱਚ ਵੀ ਆ ਚੁੱਕਿਆ ਹੈ, ਤਾਂ ਉਹ ਵੀ ਕਾਫੀ ਇੱਕ ਇੰਪੋਰਟੈਂਟ ਟਰਮ ਰਹਿੰਦੀ ਹੈ ਬੀ ਐਫ ਸਕਿਨਰ ਦੇ ਲਈ। ਇਸ ਤੋਂ ਇਲਾਵਾ ਟਾਈਪਸ ਦੀ ਗੱਲ ਵੀ ਅਸੀਂ ਕਰਦੇ ਹੁੰਦੇ ਹਾਂ, ਤਾਂ ਟਾਈਪਸ ਕਿੰਨੀਆਂ ਹੈ ਰੀਇਨਫੋਰਸਮੈਂਟ ਦੀਆਂ, ਤਾਂ ਉਹ ਟਾਈਪਸ ਆਫ ਰੀਇਨਫੋਰਸਮੈਂਟ ਦੇ ਬਾਰੇ ਵਿੱਚ ਵੀ ਅਸੀਂ ਸਭ ਜਾਣਦੇ ਹਾਂ। ਦੋ ਹੈ, ਇੱਕ ਹੋਗੀ ਪੋਜ਼ਿਟਿਵ ਐਂਡ ਇੱਕ ਤੁਸੀਂ ਖੁਦ ਸਮਝਦਾਰ ਹੋ ਤਾਂ ਇੱਕ ਹੁੰਦੀ ਹੈ ਨੈਗੇਟਿਵ। ਹੁਣ ਪੋਜ਼ਿਟਿਵ ਜੋ ਹੈ ਸਕਾਰਾਤਮਕ ਪੁਨਰਬਲਨ, ਤਾਂ ਇੱਕ ਹੁੰਦਾ ਹੈ ਨਕਾਰਾਤਮਕ ਪੁਨਰਬਲਨ। ਇੱਕ ਚੀਜ਼ ਸਮਝਿਆ, ਜੇ ਦੋਨੋਂ ਦੇ ਦੋਨੋਂ ਹੀ ਬਿਹੇਵੀਅਰ ਨੂੰ ਸਟਰੈਂਥ ਪ੍ਰਦਾਨ ਕਰਦੇ ਨੇ, ਮਜ਼ਬੂਤੀ ਪ੍ਰਦਾਨ ਕਰਦੇ ਹੈ, ਇੱਕ ਇੰਪੋਰਟੈਂਟ ਕਨਸੈਪਟ ਹੈ ਇਹਨਾਂ ਦੇ ਲਈ। ਠੀਕ ਹੈ, ਹੁਣ ਕਈ ਵਾਰ ਸਾਨੂੰ ਇੱਦਾਂ ਲੱਗਦਾ ਹੈ ਕਿ ਨੈਗੇਟਿਵ ਸ਼ਾਇਦ ਇਹਦੇ ਵਿੱਚ ਪਨਿਸ਼ਮੈਂਟ ਹੋਏਗੀ, ਉਹ ਸਭ ਗਲਤ ਹੈ, ਕਦੇ ਵੀ ਇੱਦਾਂ ਨਹੀਂ ਹੁੰਦਾ। ਇਹ ਪੁਆਇੰਟ ਹਮੇਸ਼ਾ ਧਿਆਨ ਵਿੱਚ ਰੱਖਿਆ ਜੀ, ਦੋਨੋਂ ਦੇ ਦੋਨੋਂ ਵਿਵਹਾਰ ਨੂੰ ਸਟਰੈਂਥ ਪ੍ਰਦਾਨ ਕਰਦੇ ਆ, ਉਹ ਚਾਹੇ ਰੀਇਨਫੋਰਸਮੈਂਟ ਪੋਜ਼ਿਟਿਵ ਹੋਵੇ ਚਾਹੇ ਨੈਗੇਟਿਵ। ਇਸ ਤੋਂ ਇਲਾਵਾ ਇਸਦੀ ਇੱਕ ਹੋਰ ਇੰਪੋਰਟੈਂਟ ਟਰਮ ਜੋ ਕਿ ਮੈਂ ਤੁਹਾਡੇ ਨਾਲ ਡਿਸਕਸ ਕਰਦਾ, ਜੋ ਕਿ ਹੈ ਸ਼ੇਪਿੰਗ। ਸ਼ੇਪਿੰਗ ਪੰਜਾਬੀ ਵਿੱਚ ਅਸੀਂ ਇਸਨੂੰ ਆਕਾਰ ਦੇਣਾ ਜਾਂ ਅਸੀਂ ਇਸਨੂੰ ਰੂਪ ਨਿਰਧਾਰਨ ਕਹਿ ਦਿੰਦੇ ਹਾਂ। ਹੁਣ ਇਸ ਟਰਮ ਨੂੰ ਅਗਰ ਆਪਾਂ ਸਮਝੀਏ ਤਾਂ ਇਹ ਕੀ ਹੈ ਕਿ ਕਿਸੇ ਦੇ ਬਿਹੇਵੀਅਰ ਨੂੰ ਸ਼ੇਪ ਦੇਣੀ ਹੈ, ਆਕਾਰ ਦੇਣਾ ਹੈ। ਉਸਦੇ ਲਈ ਮੇਨ ਚੀਜ਼ ਕੀ ਹੈ, ਉਸਦੇ ਲਈ ਮੇਨ ਪੁਆਇੰਟ ਇਹ ਹੈ ਕਿ ਅਗਰ ਤੁਸੀਂ ਕਿਸੇ ਦਾ ਬਿਹੇਵੀਅਰ ਚੇਂਜ ਕਰਨਾ ਚਾਹੁੰਦੇ ਹੋ, ਪਹਿਲਾਂ ਕੀ ਕਰੋ, ਇੱਕ ਰੀਇਨਫੋਰਸਰ ਦੀ ਚੋਣ ਕਰੋ, ਉਸਦੀ ਸਿਲੈਕਸ਼ਨ ਕਰੋ। ਤੁਸੀਂ ਉਸਦੀ ਚੋਣ ਕਰ ਲਈ ਹੈ, ਫਿਰ ਤੁਸੀਂ ਕੀ ਕਰ ਸਕਦੇ ਹੋ, ਇੱਕ ਬੈਸਟ ਰੀਇਨਫੋਰਸਰ ਦੀ ਚੋਣ ਕਰਨੀ ਹੈ। ਠੀਕ ਹੈ, ਤਾਂ ਇੱਕ ਬੈਸਟ ਰੀਇਨਫੋਰਸਰ ਦੀ ਚੋਣ ਕਰਨੀ ਹੈ। ਇਸ ਤੋਂ ਇਲਾਵਾ ਮੀਨਸ ਉਸਦੀ ਸਿਲੈਕਸ਼ਨ ਹੋ ਚੁੱਕੀ ਹੈ,
ਫਿਰ ਕੀ ਕਰੋ, ਜਿੱਦਾਂ ਜਿਸ ਪਰਪਸ ਨਾਲ ਉਸਦੀ ਸਿਲੈਕਸ਼ਨ ਕੀਤੀ ਸੀ ਉਦਾਂ ਉਸਦਾ ਯੂਜ਼ ਵੀ ਕਰੋ ਕਿ ਸਿਰਫ ਉਸਨੂੰ ਸੰਭਾਲ ਕੇ ਰੱਖਣਾ ਹੀ ਨਹੀਂ ਹੈ, ਉਸਦਾ ਪ੍ਰਯੋਗ ਵੀ ਕਰਨਾ ਹੈ। ਹੁਣ ਤੁਸੀਂ ਯੂਜ਼ ਕਰਦੇ ਹੋ ਐਂਡ ਜੋ ਤੁਸੀਂ ਚੇਂਜ ਲੈ ਕੇ ਆਉਣਾ ਚਾਹੁੰਦੇ ਸੀ, ਅਗਰ ਉਹ ਤੁਸੀਂ ਉਸੇ ਰੀਇਨਫੋਰਸਰ ਦਾ ਯੂਜ਼ ਕਰਦੇ ਹੋਏ ਵਿਵਹਾਰ ਨੂੰ ਪਰਿਵਰਤਿਤ ਕਰ ਦਿੰਦੇ ਹੋ, ਸ਼ੇਪ ਕਰ ਦਿੰਦੇ ਹੋ, ਉਹ ਸ਼ੇਪ ਦੇ ਦਿੰਦੇ ਹੋ ਜੋ ਤੁਸੀਂ ਦੇਣਾ ਚਾਹੁੰਦੇ ਸੀ ਉਹਨਾਂ ਰੀਇਨਫੋਰਸਰ ਦਾ ਯੂਜ਼ ਕਰਦੇ ਹੋਏ, ਤਾਂ ਇਹ ਸਾਰੇ ਦਾ ਜੋ ਸਾਰਾ ਪ੍ਰੋਸੈਸ ਹੈ ਇਹ ਕੀ ਕਹਿਲਾਉਣ ਵਾਲਾ ਹੈ, ਦੈਟ ਇਜ਼ ਕਾਲਡ ਸ਼ੇਪਿੰਗ। ਠੀਕ ਹੈ, ਤਾਂ ਇਹ ਜੋ ਸਾਰੇ ਦਾ ਸਾਰਾ ਪ੍ਰੋਸੈਸ ਕਹਿਲਾਏਗਾ ਨਾ, ਇਹ ਸਭ ਸ਼ੇਪਿੰਗ ਕਹਿਲਾਏਗਾ। ਠੀਕ ਹੈ, ਇਹ ਸਭ ਦਾ ਸਭ ਜੋ ਹੈ ਸ਼ੇਪਿੰਗ ਹੀ ਕਹਿਲਾਏਗਾ। ਇਹ ਕਾਫੀ ਇੰਪੋਰਟੈਂਟ ਟਰਮ ਹੈ ਤੁਹਾਡੇ ਲਈ, ਤਾਂ ਬਾਕੀ ਕਾਫੀ ਵਾਰ ਕੁਐਸਚਨ ਇਸ ਦਾ ਨਿਕਲ ਕੇ ਆ ਚੁੱਕਿਆ ਪ੍ਰੀਵੀਅਸ ਇਸ ਦੇ ਵਿੱਚ, ਤਾਂ ਬਾਕੀ ਇਸਨੂੰ ਦੇਖ ਸਕਦੇ ਹੋ। ਵੈਸੇ ਇਹਨਾਂ ਦੀ ਬਹੁਤ ਡਿਟੇਲਡ ਥਿਊਰੀ ਹੈ ਜਿੱਦਾਂ ਕਿ ਸਾਨੂੰ ਸਭ ਨੂੰ ਪਤਾ ਹੈ, ਤਾਂ ਮੈਂ ਇਸ ਟਾਈਮ ਤੁਹਾਡੇ ਇਸ ਲਾਸਟ ਟਾਈਮ 'ਤੇ ਬਸ ਇਹਦੀ ਇੰਪੋਰਟੈਂਟ ਇੰਪੋਰਟੈਂਟ ਪੁਆਇੰਟ ਤੁਹਾਡੇ ਸਾਹਮਣੇ ਰੱਖ ਰਿਹਾ ਹਾਂ। ਇਸ ਤੋਂ ਇਲਾਵਾ ਦੇਖ ਸਕਦੇ ਹੋ ਇਨਸਾਈਟ ਥਿਊਰੀ। ਇਨਸਾਈਟ ਥਿਊਰੀ ਜਿਸ ਨੂੰ ਕਿ ਆਪਾਂ ਪੰਜਾਬੀ ਵਿੱਚ ਕਹਿ ਦਿੰਦੇ ਹਾਂ ਅੰਤਰ ਦ੍ਰਿਸ਼ਟੀ ਰਾਹੀਂ ਸਿੱਖਣਾ। ਅੰਤਰ ਦ੍ਰਿਸ਼ਟੀ ਰਾਹੀਂ ਸਿੱਖਣਾ ਜੋ ਹੈ, ਇਹ ਟਰਮ ਸਾਡੇ ਕੋਲ ਕਾਫੀ ਇੰਪੋਰਟੈਂਟ ਹੈ, ਇਸ ਟਰਮ ਨੂੰ ਵੀ ਅਸੀਂ ਸਮਝਦੇ ਹਾਂ। ਹੁਣ ਇਹ ਜੋ ਟਰਮ ਹੈ ਅੰਤਰ ਦ੍ਰਿਸ਼ਟੀ ਰਾਹੀਂ ਸਿੱਖਣਾ ਜਾਂ ਫਿਰ ਲਰਨਿੰਗ ਬਾਈ ਇਨਸਾਈਟ ਵੀ ਇਸਨੂੰ ਕਹਿ ਦਿੰਦਾ ਹੈ, ਇਹ ਥਿਊਰੀ ਕਿਸ ਦੀ ਹੈ? ਇਹ ਥਿਊਰੀ ਹੈ, ਅਗਰ ਆਪਾਂ ਗੱਲ ਕਰੀਏ ਕੋਹਲਰ ਦੀ। ਠੀਕ ਹੈ, ਕੋਹਲਰ ਜੋ ਹੈ ਤੁਸੀਂ ਜਾਣਦੇ ਹੋਗੇ ਇੱਕ ਗੈਸਟਾਲਟਵਾਦੀ ਸੀਗੇ। ਠੀਕ ਹੈ, ਕੋਹਲਰ ਕੌਣ ਸੀ? ਇੱਕ ਗੈਸਟਾਲਟਿਸ ਸੀਗੇ, ਗੈਸਟਾਲਟਵਾਦੀ ਸੀ। ਹੁਣ ਇਹ ਪਰਸਨ ਨੇ ਐਕਸਪੈਰੀਮੈਂਟ ਕੀਤਾ ਸੀਗਾ ਚਿੰਪੈਂਜੀ ਤੇ, ਐਂਡ ਚਿੰਪੈਂਜੀ ਦਾ ਨੇਮ ਤੁਸੀਂ ਸਾਰੇ ਜਾਣਦੇ ਹੋਵੋਗੇ ਕਿ ਉਸ ਚਿੰਪੈਂਜੀ ਦਾ ਨੇਮ ਕੀ ਸੀਗਾ, ਤਾਂ ਦੱਸਿਆ ਜਾਂਦਾ ਹੈ ਸੁਲਤਾਨ ਨਾਮਕ ਚਿੰਪੈਂਜੀ ਤੇ ਇਹਨਾਂ ਨੇ ਜੋ ਹੈ ਐਕਸਪੈਰੀਮੈਂਟ ਜੋ ਹੈ ਕੀਤਾ ਸੀ। ਠੀਕ ਹੈ, ਉਹ ਇੱਕ ਕਾਫੀ ਇੰਪੋਰਟੈਂਟ ਟਰਮ ਹੈ ਤੁਹਾਡੇ ਲਈ, ਜਿਸ ਨੂੰ ਕਿ ਤੁਸੀਂ ਖੁਦ ਧਿਆਨ ਵਿੱਚ ਵੀ ਜੋ ਹੈ ਰੱਖ ਸਕਦੇ ਹੋ, ਕਾਫੀ ਇੰਪੋਰਟੈਂਟ ਟਰਮ ਤੁਹਾਡੇ ਲਈ, ਤਾਂ ਇਸ ਨੂੰ ਵੀ ਤੁਸੀਂ ਜ਼ਰੂਰ ਤੋਂ ਦੇਖ ਸਕਦੇ ਹੋ। ਅਗਰ ਮੈਂ ਇਹਨਾਂ ਚੀਜ਼ਾਂ ਨੂੰ ਜੋ ਹੈ ਤੁਹਾਡੇ ਲਈ ਕਲੀਅਰ ਕਰਾਂ, ਤਾਂ ਇਸ ਪਰਸਨ ਦੀ ਥਿਊਰੀ ਇਸ ਮਾਮਲੇ ਵਿੱਚ ਕਾਫੀ ਇੰਪੋਰਟੈਂਟ ਹੈ ਕਿ ਇਹਨਾਂ ਨੇ ਬਿਹੇਵੀਅਰਸ ਲੋਕਾਂ ਦੀ ਤਰ੍ਹਾਂ ਨਕਲ 'ਤੇ ਫੋਕਸ ਨਹੀਂ ਕੀਤਾ। ਦੇਖੋ ਜਿੰਨੇ ਵੀ ਬਿਹੇਵੀਅਰਸ ਲੋਕਾਂ ਦੀ ਗੱਲ ਕੀਤੀ ਹੈ ਨਾ, ਸਟਾਰਟ ਹੋ ਜਾਓ ਜਿੱਦਾਂ ਕਿ ਅਸੀਂ ਥੋਂਡਾਇਕ ਬਾਰੇ ਵਿੱਚ ਜਾਣਿਆ, ਇਸ ਤੋਂ ਇਲਾਵਾ ਦੇਖ ਲਓ ਆਈਵਨ ਪੈਵਲਵ ਹੈ, ਇਸ ਤੋਂ ਇਲਾਵਾ ਹੋਰ ਕਿਸ ਨੂੰ ਦੇਖ ਸਕਦੇ ਹੋ? ਵਾਟਸਨ ਨੂੰ। ਇਸ ਤੋਂ ਇਲਾਵਾ ਇੱਕ ਪਰਸਨ ਹੋਰ ਬੀਐਫ ਸਕਿਨਰ, ਚਾਰੋਂ ਦੇ ਚਾਰੋਂ ਵਿਵਹਾਰਵਾਦੀ ਤਾਂ ਸੀਗੇ। ਹੁਣ ਇਹਨਾਂ ਦੀ ਅਗਰ ਆਪਾਂ ਗੱਲ ਕਰੀਏ, ਇਹ ਸਾਰੇ ਦੇ ਸਾਰੇ ਇੱਕ ਚੀਜ਼ 'ਤੇ ਫੋਕਸ ਕਰਦੇ ਸੀ, ਉਹ ਸੀਗਾ ਨਕਲ। ਇਹ ਕਹਿੰਦੇ ਸੀ ਨਕਲ ਕਰਕੇ ਸਿੱਖ ਲਓ, ਵਾਤਾਵਰਣ ਇੰਪੋਰਟੈਂਟ ਹੈ ਉਸਦੇ ਲਈ, ਉਹ ਇੱਕ ਪੁਆਇੰਟ। ਐਂਡ ਵਾਟਸਨ ਦੀ ਸਟੇਟਮੈਂਟ ਤਾਂ ਅਸੀਂ ਸਾਰੇ ਜਾਣਦੇ ਹਾਂ, ਵਾਟਸਨ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀਗਾ ਕਿ ਤੁਸੀਂ ਮੈਨੂੰ ਇੱਕ ਦਰਜਨ ਬੱਚੇ ਦੇ ਦਿਓ, ਜਾਂ ਇੱਕ ਬੱਚੇ ਦੀ ਵੀ ਸਟੇਟਮੈਂਟ ਕਈ ਵਾਰ ਆ ਜਾਂਦੀ ਹੈ, ਤੁਸੀਂ ਮੈਨੂੰ ਉਹ ਬੱਚੇ ਦਿਓ, ਐਂਡ ਜੋ ਤੁਸੀਂ ਮੈਨੂੰ ਉਹਨਾਂ ਨੂੰ ਬਣਾਉਣ ਲਈ ਕਹੋਗੇ ਮੈਂ ਉਹਨਾਂ ਨੂੰ ਉਹੀ ਬਣਾ ਕੇ ਦੇ ਦਿਆਂਗਾ। ਮੀਨਸ ਗੱਲ ਕੀ ਕਰ ਰਹੇ ਸੀ, ਹੈਰੀਡਿਟੀ ਦੀ ਇੰਪੋਰਟੈਂਸ ਨੂੰ ਬਿਲਕੁਲ ਇਗਨੋਰ ਕਰੀ ਜਾ ਰਹੇ ਸੀਗੇ, ਐਂਡ ਐਨਵਾਇਰਮੈਂਟ 'ਤੇ ਸਾਰੀ ਇੰਪੋਰਟੈਂਸ ਰੱਖਦੇ ਸੀਗੇ। ਮੀਨਸ ਇਹ ਕਹਿੰਦੇ ਸੀ ਅਸੀਂ ਵਾਤਾਵਰਣ ਹੀ ਇਹੋ ਜਿਹਾ ਦੇ ਦਿਆਂਗੇ ਕਿ ਬੱਚੇ ਉਹੋ ਜਿਹਾ ਹੀ ਬਣ ਜਾਣਗੇ, ਤਾਂ ਇਹ ਚੀਜ਼ਾਂ ਬਿਲਕੁਲ ਗਲਤ ਹੈ। ਦੇਖੋ ਅਸੀਂ ਜਾਣਦੇ ਹਾਂ ਕਿ ਸਿਰਫ ਇੱਕ ਪਰਸਨ ਦੀ ਲਾਈਫ ਵਿੱਚ ਐਨਵਾਇਰਮੈਂਟ ਇੰਪੋਰਟੈਂਟ ਨਹੀਂ ਹੁੰਦਾ, ਹੈਰੀਡਿਟੀ ਅਤੇ ਇਨਵਾਇਰਮੈਂਟ ਦੋਨੋਂ ਦੀ ਇੰਟਰੈਕਸ਼ਨਸ ਇੰਪੋਰਟੈਂਟ ਹੈ, ਦੋਨਾਂ ਦੀ ਅੰਤਰ ਕਿਰਿਆਵਾਂ ਇੰਪੋਰਟੈਂਟ ਹੈ। ਅਗਰ ਦੋਨਾਂ ਦੀ ਪ੍ਰੋਪਰ ਪਰਸਪਰ ਅੰਤਰ ਕਿਰਿਆਵਾਂ ਹੁੰਦੀਆਂ ਹੈ, ਇੰਟਰੈਕਸ਼ਨਸ ਹੁੰਦੀਆਂ, ਤਾਂ ਹੀ ਜੋ ਹੈ ਵਿਕਾਸ ਵੀ ਪ੍ਰੋਪਰ ਹੋ ਸਕਦਾ ਹੈ। ਠੀਕ ਹੈ, ਇਹ ਚੀਜ਼ ਅਸੀਂ ਜੋ ਹੈ ਸਮਝ ਸਕਦੇ ਹਾਂ ਇਸ ਦੇ ਲਈ। ਤਾਂ ਠੀਕ ਹੈ, ਇਹ ਕਾਫੀ ਇੰਪੋਰਟੈਂਟ ਟਰਮਸ ਮੈਂ ਤੁਹਾਡੇ ਲਈ ਕਵਰ ਕੀਤੀ ਇੱਥੇ ਵੀ, ਐਂਡ ਬਿਲਕੁਲ। ਹੁਣ ਕੋਹਲਰ ਦੀ ਗੱਲ ਹੋ ਰਹੀ ਸੀ, ਤਾਂ ਕੋਹਲਰ ਜੋ ਸੀਗੇ ਇਨਸਾਈਟ ਲਰਨਿੰਗ ਦੇ ਤਹਿਤ ਬਿਲਕੁਲ ਜੋ ਹੈ ਰਟਨ ਪ੍ਰਕਿਰਿਆ ਨੂੰ, ਜਾਂ ਫਿਰ ਤੁਸੀਂ ਕਹੋ ਰੋਟ ਲਰਨਿੰਗ ਨੂੰ, ਮੈਮੋਰਾਈਜੇਸ਼ਨ ਨੂੰ, ਜਾਂ ਫਿਰ ਤੁਸੀਂ ਕਹੋ ਮਕੈਨੀਕਲ ਲਰਨਿੰਗ ਨੂੰ, ਉਹ ਸਭ ਨੂੰ ਅਵੋਇਡ ਕਰਦੇ ਸੀਗੇ। ਠੀਕ ਹੈ, ਉਸ 'ਤੇ ਬਿਲਕੁਲ ਉਹਨਾਂ ਦਾ ਫੋਕਸ ਨਹੀਂ ਸੀਗਾ, ਗੈਸਾਲਟਵਾਦੀਆਂ ਦਾ ਫੋਕਸ ਸੱਤੇ ਨਹੀਂ ਸੀ। ਇੱਕ ਕਾਫੀ ਇੰਪੋਰਟੈਂਟ ਟਰਮ ਤੁਹਾਡੇ ਲਈ। ਹੁਣ ਗੈਸਾਲਟਿਜ਼ਮ ਬਾਰੇ ਵੀ ਥੋੜ੍ਹਾ ਜਿਹਾ ਸਮਝ ਲੈਂਦੇ ਹਾਂ। ਦੇਖੋ ਸਾਡੀ ਪਹਿਲਾਂ ਡਿਸਕਸ਼ਨ ਹੋਈ ਬਿਹੇਵੀਅਰਿਜ਼ਮ ਦੇ ਬਾਰੇ, ਤਾਂ ਹੁਣ ਗੈਸਾਲਟਿਜ਼ਮ ਦਾ ਇੱਕ ਜੋ ਹੈ ਇੱਕ ਕਨਸੈਪਟ ਸਾਡੇ ਕੋਲ, ਤਾਂ ਉਹ ਕੀ ਹੁਣ ਇੱਥੇ ਸਾਡੇ ਕੋਲ ਇੰਪੋਰਟੈਂਟ ਰਹਿ ਸਕਦਾ ਹੈ?
ਇਹਦੇ ਵਿੱਚ ਜੋ ਅਸੀਂ ਸਮਝੀਏ ਇਸ ਦੇ ਤਹਿਤ ਅਸੀਂ ਦੇਖ ਸਕਦੇ ਹਾਂ ਕਿ ਗੈਸਟਾਲਟਿਜ਼ਮ ਦੇ ਫਾਦਰ ਕੌਣ ਸੀ। ਤਾਂ ਗੈਸਟਾਲਟਿਜ਼ਮ ਦੇ ਫਾਦਰ ਦੇ ਤੌਰ ਤੇ ਤੁਸੀਂ ਦੇਖ ਸਕਦੇ ਹੋ ਉਹ ਮੈਕਸ ਵਰਦੀਮਰ ਸੀਗੇ, ਹੈ ਨਾ। ਮੈਕਸ ਵਰਦੀਮਰ ਫਾਦਰ, ਬਾਕੀ ਕੰਟਰੀਬਿਊਟਰ ਸੀਗੇ ਜਿੱਦਾਂ ਕਿ ਉਹਨਾਂ ਵਿੱਚੋਂ ਇੱਕ ਤਾਂ ਕੋਹਲਰ ਹੀ ਹੋ ਗਏ ਹੈ। ਕੋਹਲਰ ਤੋਂ ਇਲਾਵਾ ਤੁਸੀਂ ਹੋਰ ਕਿਸ ਨੂੰ ਦੇਖ ਸਕਦੇ ਹੋ, ਜਾਣਦੇ ਹੋਵੋਗੇ ਕਰਟ ਲੈਵਿਨ ਨੂੰ, ਠੀਕ ਹੈ, ਐਂਡ ਕੋਫਕਾ ਨੂੰ। ਇਹ ਸਾਰੇ ਦੇ ਸਾਰੇ ਪਰਸਨ ਗੈਸਟਾਲਟਿਸਟ ਸੀਗੇ। ਤਾਂ ਇਹ ਤੁਸੀਂ ਦੇਖ ਸਕਦੇ ਹੋ ਕਾਫੀ ਇੰਪੋਰਟੈਂਟ ਪਰਸਨ ਜੋ ਕਿ ਤੁਸੀਂ ਇਹਦੇ ਤਹਿਤ ਦੇਖ ਸਕਦੇ ਹੋ। ਤਾਂ ਇਹ ਤੁਹਾਡੇ ਲਈ ਟਰਮਸ। ਇਸ ਤੋਂ ਇਲਾਵਾ ਇੱਕ ਤੁਹਾਡੇ ਲਈ ਹੋਰ ਵੀ ਇਹਦੇ ਵਿੱਚ ਇੰਪੋਰਟੈਂਟ ਹੋ ਜਾਂਦਾ ਹੈ, ਉਹ ਰਹਿੰਦਾ ਹੈ ਟ੍ਰਾਂਸਫਰ ਆਫ ਲਰਨਿੰਗ ਦੇ ਤਹਿਤ। ਦੇਖੋ ਟ੍ਰਾਂਸਫਰ ਆਫ ਲਰਨਿੰਗ ਦੇ ਤਹਿਤ ਕੀ ਦੇਖ ਸਕਦੇ ਹੋ, ਸਿੱਖਣ ਦਾ ਸਥਾਨਾਂਤਰਣ, ਅਸੀਂ ਇਸਨੂੰ ਜੋ ਹੈ ਬਿਲਕੁਲ ਪੰਜਾਬੀ ਵਿੱਚ ਕਹਿ ਦਿੰਦੇ ਹਾਂ। ਚਲੋ ਮੈਂ ਲਿਖ ਹੀ ਦੇ ਰਿਹਾ ਹਾਂ। ਹੁਣ ਅਗਰ ਆਪਾਂ ਇਸ ਚੀਜ਼ ਨੂੰ ਸਮਝੀਏ, ਸਿੱਖਣ ਦਾ ਸਥਾਨਾਂਤਰਣ ਦੇ ਤਹਿਤ ਗੱਲ ਇਹ ਆ ਜਾਇਆ ਕਰਦੀ ਹੈ ਕਿ ਜਦੋਂ ਇੱਕ ਸਥਿਤੀ ਵਿੱਚ ਪ੍ਰਾਪਤ ਗਿਆਨ ਦਾ ਪ੍ਰਯੋਗ ਅਸੀਂ ਜਦੋਂ ਕਿਸੇ ਦੂਸਰੀ ਜਗ੍ਹਾ ਤੇ ਪ੍ਰਯੋਗ ਕਰਦੇ ਹਾਂ ਨਾ, ਮੀਨਸ ਇੱਕ ਜਗ੍ਹਾ ਦਾ ਸਿੱਖਿਆ ਹੋਇਆ ਜਦੋਂ ਦੂਸਰੀ ਜਗ੍ਹਾ ਤੇ ਵਰਤਿਆ ਜਾ ਰਿਹਾ ਹੁੰਦਾ ਹੈ, ਤਾਂ ਉਹ ਕਹਿਲਾਉਂਦਾ ਹੈ ਟ੍ਰਾਂਸਫਰ ਆਫ ਲਰਨਿੰਗ। ਸਿੱਖਣ ਦਾ ਸਥਾਨਾਂਤਰਣ, ਸਿੱਖਣ ਦਾ ਹਸਤਾਂਤਰਣ, ਉਹ ਚੀਜ਼ਾਂ ਤੁਸੀਂ ਉਸਦੇ ਲਈ ਦੇਖ ਸਕਦੇ ਹੋ। ਬਾਕੀ ਇਸ ਦੀ ਟਾਈਪਸ ਦੇ ਬਾਰੇ ਵਿੱਚ ਤਾਂ ਹੋ ਸਕਦਾ ਤੁਸੀਂ ਜਾਣਦੇ ਹੀ ਹੋਵੋਗੇ। ਇੱਕ ਹੁੰਦੀ ਹੈ ਪੋਜ਼ਿਟਿਵ ਟ੍ਰਾਂਸਫਰ ਆਫ ਲਰਨਿੰਗ, ਜਿਸ ਨੂੰ ਕਿ ਅਸੀਂ ਸਕਾਰਾਤਮਕ ਸਥਾਨਾਂਤਰਣ ਕਹਿ ਦਿੰਦੇ ਹਾਂ। ਇੱਕ ਹੁੰਦੀ ਹੈ ਨੈਗੇਟਿਵ ਟ੍ਰਾਂਸਫਰ ਆਫ ਲਰਨਿੰਗ, ਐਂਡ ਇੱਕ ਹੁੰਦੀ ਹੈ ਜ਼ੀਰੋ ਟ੍ਰਾਂਸਫਰ ਆਫ ਲਰਨਿੰਗ। ਪੋਜ਼ਿਟਿਵ ਟ੍ਰਾਂਸਫਰ ਆਫ ਲਰਨਿੰਗ, ਜਦੋਂ ਇੱਕ ਜਗ੍ਹਾ ਦਾ ਗਿਆਨ ਕਿਸੇ ਦੂਸਰੀ ਚੀਜ਼ ਨੂੰ ਸਿੱਖਣ ਦੇ ਵਿੱਚ ਸਾਡੀ ਮਦਦ ਕਰਦਾ ਹੈ ਤਾਂ ਪੋਜ਼ਿਟਿਵ ਟ੍ਰਾਂਸਫਰ ਆਫ ਲਰਨਿੰਗ। ਜਦੋਂ ਇੱਕ ਜਗ੍ਹਾ ਦਾ ਸਿੱਖਿਆ ਹੋਇਆ ਗਿਆਨ ਦੂਸਰੀ ਜਗ੍ਹਾ ਤੇ ਸਿੱਖਣ ਦੇ ਵਿੱਚ ਜੋ ਹੈ ਸਾਡੇ ਲਈ ਰੁਕਾਵਟਾਂ ਪੈਦਾ ਕਰਦਾ ਹੈ, ਤਾਂ ਬੈਰੀਅਰ ਬਣਦਾ ਹੈ, ਤਾਂ ਉਹ ਨੈਗੇਟਿਵ ਟ੍ਰਾਂਸਫਰ ਆਫ ਲਰਨਿੰਗ। ਜਦੋਂ ਇੱਕ ਜਗ੍ਹਾ ਦਾ ਸਿੱਖਿਆ ਹੋਇਆ ਗਿਆਨ ਦੂਸਰੇ ਵਿੱਚ ਨਾ ਤਾਂ ਸਾਡੀ ਮਦਦ ਕਰਦਾ ਹੈ, ਹੈਲਪ ਕਰਦਾ ਹੈ, ਅਤੇ ਨਾ ਹੀ ਸਾਡੇ ਰਸਤੇ ਵਿੱਚ ਰੁਕਾਵਟਾਂ ਉਤਪੰਨ ਕਰਦਾ ਹੈ, ਨਾ ਹੀ ਮਦਦ ਕਰ ਰਿਹਾ ਹੁੰਦਾ ਹੈ, ਤਾਂ ਅਸੀਂ ਉਸ ਦੇ ਆਧਾਰ ਤੇ ਅਗਰ ਕੁਛ ਨਵਾਂ ਸਿੱਖਣਾ ਚਾਹੁੰਦੇ ਹਾਂ ਤਾਂ ਮੀਨਸ ਨਹੀਂ ਸਿੱਖ ਸਕਦੇ। ਉਹ ਦੋਨੋਂ ਅਲੱਗ ਅਲੱਗ ਫੀਲਡ ਦੀ ਗੱਲ ਕਰ ਰਿਹਾ ਹੋਏਗਾ, ਨਾ ਤਾਂ ਮਦਦ ਹੋਏਗੀ, ਨਾ ਹੀ ਜੋ ਹੈ ਕੁਛ ਬੈਰੀਅਰ ਜਾਂ ਰੁਕਾਵਟ ਹੋਏਗੀ, ਤਾਂ ਉਹ ਕਹਿਲਾਏਗਾ ਜ਼ੀਰੋ ਟ੍ਰਾਂਸਫਰ ਆਫ ਲਰਨਿੰਗ। ਤਾਂ ਇਹ ਤੁਹਾਡੇ ਲਈ ਤਿੰਨ ਟਾਈਪਸ ਵੀ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ। ਹੁਣ ਇਸ ਤੋਂ ਇਲਾਵਾ ਮੈਂ ਜਿੱਦਾਂ ਕਿ ਤੁਹਾਨੂੰ ਕਿਹਾ ਵੀ ਸੀ ਸਟਾਰਟਿੰਗ ਦੇ ਵਿੱਚ, ਤਾਂ ਇੰਟੈਲੀਜੈਂਸ ਟੋਪਿਕ ਵੀ ਤੁਹਾਡੇ ਨਾਲ ਡਿਸਕਸ ਕਰਨਾ ਹੈ, ਹੁਣ ਉਹੀ ਦੇਖ ਲੈਂਦੇ ਹਾਂ। ਇੰਟੈਲੀਜੈਂਸ ਟੋਪਿਕ ਵੀ ਹੁਣ ਆਪਾਂ ਦੇਖ ਲੈਂਦੇ ਹਾਂ। ਪੰਜਾਬੀ ਵਿੱਚ ਆਪਾਂ ਇੱਥੇ ਕਹਿ ਸਕਦੇ ਹਾਂ ਇਸਨੂੰ ਬੁੱਧੀ, ਹੈ ਨਾ। ਹੁਣ ਬੁੱਧੀ ਸ਼ਬਦ ਨੂੰ ਅਗਰ ਆਪਾਂ ਸਮਝੀਏ ਤਾਂ ਇੱਕ ਇਸ ਸ਼ਬਦ ਨੂੰ ਯੂਜ਼ ਕਰਨ ਵਾਲਾ ਪਹਿਲਾ ਪਰਸਨ ਸੀਗਾ ਗਾਲਟਨ, ਠੀਕ ਹੈ, ਉਹ ਤੁਸੀਂ ਧਿਆਨ ਵਿੱਚ ਰੱਖ ਸਕਦੇ ਹੋ। ਤਾਂ ਸਰ ਫਰਾਂਸਿਸ ਗਾਲਟਨ ਸਭ ਤੋਂ ਪਹਿਲਾਂ ਉਸ ਪਰਸਨ ਨੇ ਇੰਟੈਲੀਜੈਂਸ ਵਰਡ ਦਾ ਯੂਜ਼ ਕੀਤਾ ਸੀ। ਦੇਖੋ ਇੰਟੈਲੀਜੈਂਸ ਦੇ ਲਈ ਇੱਕ ਫੇਮਸ ਪਰਸਨ ਤੁਸੀਂ ਜਾਣਦੇ ਹੋ, ਅਲਫਰਡ ਬਿਨੇ ਹੈ, ਠੀਕ ਹੈ, ਕਾਫੀ ਵਾਰ ਕੁਐਸਚਨ ਨਿਕਲ ਕੇ ਆਇਆ ਹੈ। ਅਲਫਰਡ ਬਿਨੇ ਕੌਣ ਸੀਗੇ? ਤਾਂ ਫਾਦਰ ਆਫ ਇੰਟੈਲੀਜੈਂਸ ਸੀਗੇ, ਮੰਨਿਆ ਗਿਆ ਕਿ ਪ੍ਰੋਪਰ ਬੁੱਧੀ ਨੂੰ ਡਿਫਾਈਨ ਕਰਨ ਵਾਲੇ ਸਭ ਤੋਂ ਪਹਿਲੇ ਪਰਸਨ, ਮੀਨਸ ਸਹੀ ਤਰੀਕੇ ਨਾਲ ਡਿਫਾਈਨ ਕਰਨ ਵਾਲੇ ਸਭ ਤੋਂ ਪਹਿਲੇ ਪਰਸਨ ਉਹ ਕੌਣ ਸੀਗੇ? ਦੈਨ ਆਪਣੇ ਕੋਲ ਆਂਸਰ ਆ ਜਾਇਆ ਕਰਦਾ ਹੈ ਅਲਫਰਡ ਬਿਨੇ। ਬੁੱਧੀ ਦਾ ਪਹਿਲਾ ਟੈਸਟ ਦੇਣ ਵਾਲੇ ਵੀ ਪਰਸਨ ਇਹੀ ਸੀ, ਜਾਣਦੇ ਹਾਂ ਅਸੀਂ ਸਰ, ਠੀਕ ਹੈ। ਤਾਂ ਫਸਟ ਟੈਸਟ ਆਫ ਇੰਟੈਲੀਜੈਂਸ ਦੇ ਤਹਿਤ ਵੀ ਤੁਸੀਂ ਦੇਖ ਸਕਦੇ ਹੋ, ਤਾਂ ਵੀ ਇਹਨਾਂ ਨੇ ਦਿੱਤਾ ਹੋਇਆ ਹੈ। ਹੁਣ ਅਗਰ ਮੈਂ ਗੱਲ ਕਰਾਂ ਕਿ ਬੁੱਧੀ ਵਾਲੀ ਸਾਈਡ ਤੋਂ ਕੁਛ ਨਾ ਕੁਛ ਥਿਊਰੀਜ਼ ਆ ਜਾਇਆ ਕਰਦੀਆਂ ਹੈ, ਜਿੱਦਾਂ ਕਿ ਹੈ ਵਨ ਫੈਕਟਰ ਥਿਊਰੀ, ਪੰਜਾਬੀ ਵਿੱਚ ਆਪਾਂ ਬੁੱਧੀ ਦਾ ਇੱਕ ਕਾਰਕੀ ਸਿਧਾਂਤ ਕਹਿ ਦਿੰਦੇ ਹਾਂ। ਤਾਂ ਇੱਕ ਕਾਰਕੀ ਸਿਧਾਂਤ ਜੋ ਕਿ ਜਾਣਦੇ ਹਾਂ ਬਿਨੇ ਦੀ ਹੀ ਦੇਣ ਹੈ, ਜਿਸ ਦੀ ਗੱਲ ਅਸੀਂ ਹੁਣੇ ਵੀ ਕਰ ਰਹੇ ਹਾਂ, ਤਾਂ ਅਲਫਰਡ ਬਿਨੇ ਦੀ ਦੇਣ ਹੈ। ਬਾਕੀ ਜੋਨਸਨ ਅਤੇ ਸਟਰਨ ਨੇ, ਇਹਨਾਂ ਦੋਨਾਂ ਨੇ ਇਸਨੂੰ ਵਿਕਸਿਤ ਕੀਤਾ ਸੀ, ਠੀਕ ਹੈ, ਉਹ ਜ਼ਿਆਦਾ ਇੰਪੋਰਟੈਂਟ ਨਹੀਂ ਹੈ, ਤੁਹਾਡੇ ਲਈ ਨੇਮ ਬਿਨੇ ਦਾ ਇੰਪੋਰਟੈਂਟ ਹੈ। ਟੂ ਫੈਕਟਰ ਆ ਜੇ ਜਾਂ ਆ ਜਾਏ ਥ੍ਰੀ ਫੈਕਟਰ, ਇਹਦੇ ਵਿੱਚ ਬਾਹਲਿਆਂ ਨੂੰ ਡਾਊਟ ਰਹਿੰਦਾ ਜੀ, ਠੀਕ ਹੈ। ਦੇਖੋ ਸਮਝ ਲਿਆ ਜੀ, ਪ੍ਰੋਪਰ ਨੋਟ ਕਰ ਲਿਆ ਜੀ ਕਿ ਟੂ ਅਤੇ ਥ੍ਰੀ ਫੈਕਟਰ ਦੋਨੋਂ ਹੀ ਥਿਊਰੀਜ਼ ਸਪੀਅਰਮੈਨ ਦੀਆਂ, ਕਾਫੀਆਂ ਨੂੰ ਅੱਜ ਵੀ ਨਹੀਂ ਪਤਾ, ਅੱਜ ਵੀ ਡਾਊਟਸ ਵਿੱਚ ਫਿਰਦੇ ਹੈ, ਠੀਕ ਹੈ। ਤਾਂ ਟੂ ਫੈਕਟਰ ਆ ਜੇ, ਥ੍ਰੀ ਫੈਕਟਰ ਆ ਜੇ, ਸਪੀਅਰਮੈਨ ਦੀ ਹੀ ਹੈ,
ਪੰਜਾਬੀ ਵਿੱਚ ਦੋ ਕਾਰਕੀ ਸਿਧਾਂਤ ਕਹਿ ਲਓ ਅਤੇ ਤਿੰਨ ਕਾਰਕੀ ਸਿਧਾਂਤ ਵੀ ਕਹਿ ਲਓ, ਇਹ ਸਪੀਅਰਮੈਨ ਦੀਆਂ ਹੀ ਹੈ ਜੀ। ਕੋਈ ਦਿੱਕਤ ਵਾਲੀ ਗੱਲ ਨਹੀਂ ਹੈ, ਬੇਫਿਕਰ ਹੋ ਕੇ ਨੋਟ ਕਰ ਲਓ, ਜਿੱਥੇ ਮਰਜ਼ੀ ਆ ਜਾਏ ਕੁਐਸਚਨ ਲਗਾ ਕੇ ਆ ਜਿਓ, ਕਿਉਂਕਿ ਅਨਮੋਲ ਸਰ ਤੁਹਾਨੂੰ ਦੱਸ ਰਹੇ ਹੈ, ਠੀਕ ਹੈ, ਕੌਨਫੀਡੈਂਟ ਰਹੋ। ਓਕੇ, ਤਾਂ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਥਿਊਰੀ ਕਿਸ ਦੀ ਹੈ, ਚਾਰਲਸ ਸਪੀਅਰਮੈਨ ਦੀ। ਚਾਰਲਸ ਸਪੀਅਰਮੈਨ ਨੇ ਤਿੰਨ ਫੈਕਟਰਸ ਦੇ ਬਾਰੇ ਵਿੱਚ ਦੱਸਿਆ, ਇੱਕ ਜੀ ਫੈਕਟਰ, ਇੱਕ ਐਸ ਫੈਕਟਰ, ਇਹ ਪਹਿਲਾਂ ਆਏ ਸੀ, ਕੁਛ ਵੀ ਗਲਤ ਨਹੀਂ ਹੈ, ਜਿਸ ਵਿੱਚ ਜੀ ਜਰਨਲ, ਐਸ ਸਪੈਸੀਫਿਕ ਐਂਡ ਇੱਕ ਤੀਸਰਾ ਫੈਕਟਰ ਜੋ ਆਇਆ ਨਾ ਜੀ, ਗਰੁੱਪ ਫੈਕਟਰ ਹੈ। ਕਿੰਨਿਆਂ ਨੂੰ ਤਾਂ ਹਾਲੇ ਤੱਕ ਇਹੀ ਨਹੀਂ ਪਤਾ ਕਿ ਇਸ ਪਰਸਨ ਨੇ ਗਰੁੱਪ ਫੈਕਟਰ ਵੀ ਦੱਸਿਆ ਸੀਗਾ, ਠੀਕ ਹੈ, ਤਾਂ ਇਹ ਦੇਖ ਸਕਦੇ ਹੋ ਸਮੂਹ ਕਾਰਕ, ਤੀਜਾ ਕਾਰਕ, ਜਿਸ ਦੇ ਨਾਲ ਇਸਦੀ ਥਿਊਰੀ ਵੀ ਕਹਿਲਾਈ ਸੀ ਗਰੁੱਪ ਫੈਕਟਰ ਥਿਊਰੀ। ਚਲਦੇ ਹਾਂ ਜੀ ਅੱਗੇ, ਇਹਨਾਂ ਦੇ ਤਹਿਤ ਦੇਖੋ ਇੱਕ ਥਿਊਰੀ ਹੋਰ ਵੀ ਦੇਖ ਸਕਦੇ ਹੋ, ਮਲਟੀ ਫੈਕਟਰ ਥਿਊਰੀ। ਇਸ ਥਿਊਰੀ ਨੂੰ ਵੀ ਦਿਖਾਉਂਦੇ ਹਾਂ, ਉਸ ਤੋਂ ਪਹਿਲਾਂ ਤੁਸੀਂ ਬਿਲਕੁਲ ਆਪਣੇ ਫਰੈਂਡਸ ਤੱਕ ਸ਼ੇਅਰ ਕਰ ਦਿਓ ਇਸ ਵੀਡੀਓ ਨੂੰ ਵੀ, ਠੀਕ ਹੈ, ਤਾਂ ਅਗਰ ਮੇਰੀ ਇੰਨੀ ਮਿਹਨਤ ਲੱਗ ਰਹੀ ਹੈ ਤਾਂ ਤੁਸੀਂ ਵੀ ਥੋੜ੍ਹੀ ਜਿਹੀ ਮਿਹਨਤ ਲਗਾ ਦਿਓ ਆਪਣੀ, ਠੀਕ ਹੈ। ਐਂਡ ਸਪੈਸ਼ਲੀ ਮੈਂ ਚਾਹੁੰਦਾ ਹਾਂ ਕਿ ਉਹਨਾਂ ਤੱਕ ਪਹੁੰਚੇ ਜਿਹੜੇ ਕਿ ਹਾਲੇ ਤੱਕ ਰਿਵਾਈਜ਼ ਨਹੀਂ ਕਰ ਪਾਏ ਇਹਨਾਂ ਚੀਜ਼ਾਂ ਨੂੰ, ਤਾਂ ਬਹੁਤ ਬੈਨੀਫਿਸ਼ੀਅਲ ਹੋ ਜਾਣਗੇ ਉਹਨਾਂ ਦੇ ਲਈ, ਤਾਂ ਪਹੁੰਚਾਓ ਜੀ ਆਪਣੇ ਫਰੈਂਡਸ ਤੱਕ ਇਹਨਾਂ ਚੀਜ਼ਾਂ ਨੂੰ। ਤਾਂ ਮਲਟੀ ਫੈਕਟਰ ਥਿਊਰੀ ਜੋ ਹੈ ਪੰਜਾਬੀ ਵਿੱਚ ਕਹਿ ਸਕਦੇ ਹਾਂ ਬਹੁ ਕਾਰਕੀ ਸਿਧਾਂਤ। ਹੁਣ ਬਹੁ ਕਾਰਕੀ ਸਿਧਾਂਤ ਹੈ, ਕਿਸ ਪਰਸਨ ਦਾ? ਥੋਂਡਾਇਕ ਦਾ। ਥੋਂਡਾਇਕ ਨੇ ਬੁੱਧੀ ਦੇ ਤਿੰਨ ਪ੍ਰਕਾਰ ਵੀ ਦਿੱਤੇ ਹੋਏ, ਅਸੀਂ ਜਾਣਦੇ ਹਾਂ, 3 types ਆਫ ਇੰਟੈਲੀਜੈਂਸ। ਤਿੰਨ ਟਾਈਪਸ ਕਿਹੜੀਆਂ ਕਿਹੜੀਆਂ ਹੈ? ਮੂਰਤ ਬੁੱਧੀ, ਜਿਸਨੂੰ ਅਸੀਂ ਕੰਕਰੀਟ ਇੰਟੈਲੀਜੈਂਸ ਕਹਿ ਦਿੰਦੇ ਹਾਂ, ਇੱਕ ਦਿੱਤੀ ਹੋਈ ਹੈ ਅਮੂਰਤ ਬੁੱਧੀ, ਜਿਸਨੂੰ ਕਿ ਅਸੀਂ ਕਹਿ ਸਕਦੇ ਹਾਂ ਐਬਸੈਕਟ ਇੰਟੈਲੀਜੈਂਸ ਜਾਂ ਅਮੂਰਤ ਬੁੱਧੀ। ਐਂਡ ਲਾਸਟ ਹੈ ਸਾਡੇ ਕੋਲ ਸੋਸ਼ਲ ਇੰਟੈਲੀਜੈਂਸ, ਜਿਸਨੂੰ ਕਿ ਆਪਾਂ ਕਹਿ ਸਕਦੇ ਹਾਂ ਸਮਾਜਿਕ ਬੁੱਧੀ, ਠੀਕ ਹੈ। ਤਾਂ ਇੱਕ ਪੁਆਇੰਟ ਤੁਹਾਡੇ ਲਈ, ਇੰਪੋਰਟੈਂਟ ਟਰਮਸ ਤੁਹਾਡੇ ਲਈ, ਤਾਂ ਦੇਖ ਲੈਣਾ ਇਹਨਾਂ ਨੂੰ ਤੁਸੀਂ ਪ੍ਰੋਪਰ, ਕਾਫੀ ਇੰਪੋਰਟੈਂਟ ਹੈ, ਇੱਥੋਂ ਵੀ ਕੁਐਸਚਨ ਕਾਫੀ ਵਾਰ ਆ ਹੀ ਜੋ ਹੈ ਜਾਇਆ ਕਰਦਾ ਹੈ। ਬਾਕੀ ਦੇਖੋ ਜੀ, ਪ੍ਰੀਵੀਅਸ ਈਅਰਸ ਦੇ ਪੇਪਰਸ ਵੀ ਜੋ ਹੈ ਪਹਿਲਾਂ ਹੀ ਤੁਹਾਨੂੰ ਕਰਵਾਏ ਹੋਏ ਹੈ, ਠੀਕ ਹੈ, ਸੀਟੈਟ ਦੇ ਸਪੈਸ਼ਲੀ ਅਪਲੋਡਿਡ ਹੈ, ਦੀ ਪਲੇਲਿਸਟ ਵੀ ਬਿਲਕੁਲ ਜੋ ਹੈ ਬਣਾਈ ਗਈ ਹੈ ਅਲੱਗ ਤੋਂ। ਐਂਡ ਇਹਨਾਂ ਦੀ ਵੀ PSET ਦੀ ਵੀ ਜੋ ਹੈ ਵੀਡੀਓਜ਼ ਹੈ, ਇਹਨਾਂ ਦੀ ਵੀ ਪਲੇਲਿਸਟ ਮੈਂ ਜੋ ਹੈ ਸਪੈਸ਼ਲੀ ਅਲੱਗ ਤੋਂ ਬਣਾ ਦਿੱਤੀ ਹੈ, ਤਾਂ ਤੁਸੀਂ ਉਹਨਾਂ ਨੂੰ ਵੀ ਜੋ ਹੈ ਚੈੱਕ ਕਰ ਸਕਦੇ ਹੋ। ਅੱਗੇ ਗੱਲ ਕਰਦੇ ਹਾਂ ਮਲਟੀ ਫੈਕਟਰ ਤੋਂ ਬਾਅਦ ਜੋ ਹੈ ਤੁਸੀਂ ਧਿਆਨ ਵਿੱਚ ਰੱਖ ਸਕਦੇ ਹੋ ਗਰੁੱਪ ਫੈਕਟਰ ਥਿਊਰੀ ਨੂੰ ਪੰਜਾਬੀ ਵਿੱਚ ਆਪਾਂ ਕਹਿ ਸਕਦੇ ਹਾਂ ਸਮੂਹ ਕਾਰਕ ਸਿਧਾਂਤ। ਤਾਂ ਸਮੂਹ ਕਾਰਕ ਸਿਧਾਂਤ ਕਿਸ ਪਰਸਨ ਦਾ ਹੈ? ਥਿਊਰੀ ਹੈ ਜੀ LL ਥਰਸਟਨ ਦੀ, ਲੂਇਸ ਲਿਓਨ ਥਰਸਟਨ ਦੀ। ਕਾਫੀ ਇੰਪੋਰਟੈਂਟ ਰਹਿੰਦੀ ਹੈ ਵੀ ਨੇਮ ਤੋਂ ਜ਼ਿਆਦਾਤਰ PSET ਦੇ ਲਈ, ਠੀਕ ਹੈ, ਤਾਂ ਨੇਮ ਤੁਹਾਨੂੰ ਪਤਾ ਚੱਲ ਹੀ ਚੁੱਕਿਆ ਹੈ। ਇਸ ਤੋਂ ਬਾਅਦ ਅਗਰ ਮੈਂ ਗੱਲ ਕਰਾਂ ਤਾਂ ਤੁਸੀਂ ਕੀ ਦੇਖ ਸਕਦੇ ਹੋ ਇਸ ਦੇ ਤਹਿਤ ਤੁਹਾਡੇ ਲਈ, ਤਾਂ ਇੱਕ ਹੋਰ ਜੋ ਹੈ SOI ਮਾਡਲ, ਜਿਸਨੂੰ ਅਸੀਂ ਸਟਰਕਚਰ ਆਫ ਇੰਟਲੈਕਟ ਜਾਂ ਬੁੱਧੀ ਦੀ ਸੰਰਚਨਾ ਦਾ ਮਾਡਲ ਕਹਿ ਦਿੰਦੇ ਹਾਂ। ਇਹ ਥਿਊਰੀ ਕਿਸ ਦੀ ਹੈ? ਤਾਂ ਇਹ ਥਿਊਰੀ ਹੈ JP ਗਿਲਫੋਰਡ ਦੀ। ਦੇਖੋ ਹੁਣ ਮੈਂ ਮੰਨ ਕੇ ਚੱਲਦਾ, ਇਸ ਤੋਂ ਬਾਅਦ ਤੁਹਾਡੀ ਕੋਈ ਕਨਫਿਊਜ਼ਨ ਵੀ ਨਹੀਂ ਰਹਿ ਜਾਣ ਵਾਲੀ ਨਾ, ਕਿਉਂਕਿ ਮੈਂ ਸਾਰੇ ਦਾ ਸਾਰਾ ਟੋਪਿਕ ਵਾਈਜ਼ ਤੁਹਾਡੇ ਲਈ ਉੱਦਾਂ ਹੀ ਰਿਵਾਈਜ਼ ਕਰ ਰਿਹਾ ਜਿੱਦਾਂ ਕਿ ਤੁਸੀਂ ਚਾਹੁੰਦੇ ਸੀ, ਠੀਕ ਹੈ, ਤਾਂ ਬਿਲਕੁਲ ਇਸ ਨੂੰ ਤੁਸੀਂ ਦੇਖ ਸਕਦੇ ਹੋ, ਬਾਕੀ ਆਪਣਾ ਪ੍ਰੋਪਰ ਨੋਟ ਵੀ ਕਰਦੇ ਰਹਿਣਾ ਹੈ ਜੀ। ਇਸ ਤੋਂ ਇਲਾਵਾ ਕੀ ਦੇਖ ਸਕਦੇ ਹੋ? ਹਾਰਵਰਡ ਗਾਰਡਨਰ ਦੀ ਇੱਕ ਫੇਮਸ ਥਿਊਰੀ, ਜਿਸਨੂੰ ਕਿ ਅਸੀਂ ਜੋ ਹੈ ਮਲਟੀਪਲ ਇੰਟੈਲੀਜੈਂਸ ਦੇ ਨੇਮ ਨਾਲ ਜਾਣਦੇ ਹਾਂ, ਮਲਟੀ ਇੰਟੈਲੀਜੈਂਸ ਥਿਊਰੀ ਦੇ ਨੇਮ ਨਾਲ ਜਾਣਦੇ ਹਾਂ। ਪੰਜਾਬੀ ਵਿੱਚ ਅਸੀਂ ਇਸ ਨੂੰ ਕਹਿ ਦਿੰਦੇ ਹਾਂ ਬਹੁ ਬੁੱਧੀ ਸਿਧਾਂਤ। ਦੇਖੋ ਇਹਦੇ ਲਈ ਵੀ ਕਾਫੀ ਸਾਰੇ ਤੁਹਾਡੇ ਵਿੱਚੋਂ ਡਾਊਟ ਵਿੱਚ ਹੀ ਚੱਲ ਰਹੇ ਹੋਣਗੇ, ਉਹ ਵੀ ਮੈਂ ਡਾਊਟ ਤੁਹਾਡਾ ਹੁਣ ਬਹੁਤ ਜਲਦੀ ਕਲੀਅਰ ਕਰ ਦਿੰਦਾ ਹਾਂ। ਬਾਕੀ ਥਿਊਰੀ ਹੈ ਜੀ ਹਾਰਵਰਡ ਗਾਰਡਨਰ ਦੀ, ਇਹ ਪਰਸਨ ਅਮੈਰੀਕਾ ਤੋਂ ਬਿਲੋਂਗ ਕਰਦੇ ਨੇ ਐਂਡ ਬਿਲੋਂਗ ਕਰਦੇ ਹੈ, ਠੀਕ ਹੈ, ਮੀਨਸ ਜ਼ਿੰਦਾ ਨੇ ਹਾਲੇ ਤੱਕ, ਇਸ ਸਟਿਲ ਅਲਾਈਵ, ਠੀਕ ਹੈ, ਬਾਕੀ ਜ਼ਿਆਦਾ ਮੈਂ ਇਸ ਬਾਰੇ ਵਿੱਚ ਨਹੀਂ ਕਰਾਂਗਾ ਗੱਲ, ਠੀਕ ਹੈ। ਤਾਂ ਇਸ ਪਰਸਨ ਨੇ ਮਲਟੀਪਲ ਤਾਂ ਦੱਸੀਆਂ, ਮੀਨਸ ਬੁੱਧੀ ਬਹੁ ਪ੍ਰਕਾਰ ਦੀ ਤਾਂ ਦੱਸੀਆਂ, ਇੱਕ ਕੁਸ਼ਚਨ ਆਉਣਾ ਵੀ ਆਉਣਾ ਹੈ ਤੁਹਾਡੇ ਲਈ, ਕਿੰਨੀਆਂ ਕਿੰਨੀਆਂ ਦੱਸੀਆਂ? ਪਹਿਲਾਂ ਦੱਸੀਆਂ 7, ਫਿਰ ਦੱਸੀਆਂ 2 ਹੋਰ, ਤਾਂ ਟੋਟਲ ਹੋ ਗਈਆਂ ਜੀ 9 ਟਾਈਪਸ ਆਫ ਇੰਟੈਲੀਜੈਂਸ। ਤਾਂ ਇਹੀ ਤੁਸੀਂ ਵੀ ਜੋ ਹੈ ਧਿਆਨ ਵਿੱਚ ਰੱਖਣਾ ਹੈ, ਕਾਫੀ ਇੰਪੋਰਟੈਂਟ ਥਿਊਰੀ ਰਹਿੰਦੀ ਹੈ ਇਸ ਪਰਸਨ ਦੀ ਵੀ, ਤਾਂ ਇਹ ਤੁਸੀਂ ਜ਼ਰੂਰ ਤੋਂ ਦੇਖ ਸਕਦੇ ਹੋ।
ठीक है, एक IQ दा डाउट बाढ़िया दा चलता है, पहला भी मैं काफी बार करवा चुके हैं क्लियर। 1912 विच जो है इस टर्म दा प्रयोग करने वाले पहले पर्सन सिगे वो सिगे विलियम स्टर्न, जो कि ऑलरेडी सीटेट्स दे विच पूछया भी जा चुके है। लगाया है जी बेफिकर, ठीक है ओके। ता बाकी इसने फॉर्मूला भी दे दिता सीगा MA अपॉन CA, मेंटल एज अपॉन क्रोनोलॉजिकल एज, बट इस नु वैलिड नहीं ठहराया गया ना, एक वैलिड फॉर्मूला नहीं सी। फिर 1916 विच एक वैलिड फॉर्मूला सामने आया, एंड ये फॉर्मूला देने वाले पर्सन सिगे टर्मन, एंड वो फॉर्मूला सिगा IQ इज इक्वल टू MA अपॉन CA इनटू 100, मानसिक उम्र बट्टा वास्तविक उम्र गुना 100, मेंटल एज अपॉन क्रोनोलॉजिकल एज इनटू 100। ठीक है, तो तुसी देख सकते हो तो ये दसन वाले पर्सन सिगे टर्मन। एंड ये चीज जो है ना, अगर तुसी समझो, बस थोड़े लिए दो ही क्वेश्चन आने होंगे है। एक तो IQ टर्म किसने यूज की, देना आंसर थोड़े सामने है विलियम स्टर्न। IQ का फॉर्मूला किसने दिता, आंसर इसका भी थोड़े सामने ही है टर्मन, कोई कंफ्यूज होने की जरूरत नहीं है। देखो काफी थोड़े बिचो डाउट विच इत्थे चलते है कि सर IQ का फॉर्मूला तो पहला उन्हें दे दिता सी, देखो जी वो वैलिड नहीं सी, उस दे विच आंसर डेसिमल दे विच आंदा सी, दशमलवां विच आंदा सी, तो बेफिक्र होके लगा आयो आंसर टर्मन। जदों तक तुहानू कहेगा नहीं ना ये फॉर्मूला दे के, पुछेगा नहीं कि फॉर्मूला दस दो, तो उदों तक तुसी भी नहीं दसना, बस छिपा के रखियो अपने मन दे अंदर रखियो, ठीक है, दबिया हुई इच्छावां दे विच रख लियो एक बारी, ठीक है, तो दसना नहीं है कुछ भी। वधदे अगे फिर नैक्सट पॉइंट ते, इस दे लई मैं तुहाडे ਨਾਲ ਕੁਝ ਅੱਜ ਬੇਸਿਕ ਜੀ ਗੱਲਾਂ ਹੋਰ ਵੀ ਕਰ ਦਿੰਦਾ ਹਾਂ, ਤਾਂ ਉਹ ਦੇਖ ਸਕਦੇ ਹੋ ਇੱਕ ਟੋਪਿਕ ਜੈਂਡਰ, ਕਾਫੀ ਇੰਪੋਰਟੈਂਟ ਟੋਪਿਕ ਜੈਂਡਰ। ਦੇਖੋ ਲਿੰਗ ਜਿਸ ਨੂੰ ਕੀ ਹੈ, ਅਸੀਂ ਸਮਝੀਏ ਕਿ ਸਮਾਜ ਨੇ ਬਣਾਇਆ ਹੈ, ਬਹੁਤ ਵਾਰ ਕੁਐਸਚਨ ਆ ਚੁੱਕਿਆ ਹੈ, ਪਤਾ ਹੋਏਗਾ ਤੁਹਾਨੂੰ ਕਿ ਜੈਂਡਰ ਕੀ ਹੈ, ਇੱਕ ਸੋਸ਼ਲ ਕੰਸਟਰਕਸ਼ਨ ਹੈ, ਸਮਾਜਿਕ ਬਣਤਰ ਹੈ, ਐਂਡ ਇਹ ਸਮਾਜਿਕ ਬਣਤਰ ਉਹ ਬਣਤਰ ਜਿਸਨੂੰ ਤੁਸੀਂ ਸਮਝ ਸਕਦੇ ਹੋ ਕਿ ਜੋ ਕਿ ਸਮਾਜ ਦੁਆਰਾ ਬਣਾਈ ਗਈ ਹੈ। ਜੈਂਡਰ ਫਿਕਸ ਕਰਨ ਵਾਲੀ ਸਭ ਤੋਂ ਪਹਿਲੀ ਜੋ ਹੈ ਸਾਡੀ ਫੈਮਿਲੀ ਹੀ ਹੈ, ਇਹ ਵੀ ਕੁਐਸਚਨ ਪਹਿਲਾਂ ਪੁੱਛਿਆ ਹੀ ਜਾ ਚੁੱਕਿਆ ਹੈ, ਤਾਂ ਇਹ ਤੁਸੀਂ ਜ਼ਰੂਰ ਤੋਂ ਦੇਖ ਸਕਦੇ ਹੋ। ਮੀਨਸ ਜੈਂਡਰ ਮੀਨਸ ਕਿੱਦਾਂ ਸੋਸ਼ਲ ਕੰਸਟਰਕਸ਼ਨ ਹੈ, ਹੁਣ ਕਾਫੀਆਂ ਦੇ ਇਹ ਵੀ ਡਾਊਟਸ ਹੋ ਸਕਦੇ ਹੈ। ਦੇਖੋ ਜੋ ਸਾਨੂੰ ਸੋਸਾਇਟੀ ਨੇ ਲੜਕੇ ਅਤੇ ਲੜਕੀ ਦੇ ਆਧਾਰ ਤੇ ਜੋ ਭੂਮਿਕਾਵਾਂ ਪ੍ਰਦਾਨ ਕਰ ਦਿੱਤੀਆਂ ਨੇ, ਸਮਾਜਿਕ ਭੂਮਿਕਾਵਾਂ, ਉਹ ਸਭ ਨੂੰ ਅਸੀਂ ਇਸ ਦੇ ਤਹਿਤ ਦੇਖ ਸਕਦੇ ਹਾਂ। ਉਹ ਕਾਫੀ ਇੰਪੋਰਟੈਂਟ ਪੁਆਇੰਟਸ ਨੇ ਸਾਡੇ ਕੋਲ ਇਸ ਦੇ ਤਹਿਤ, ਤਾਂ ਉਹ ਕਾਫੀ ਇੰਪੋਰਟੈਂਟ ਰੋਲ ਅਦਾ ਕਰਦੇ ਆ ਇਹਨਾਂ ਚੀਜ਼ਾਂ ਦੇ ਵਿੱਚ, ਤਾਂ ਉਸਨੂੰ ਅਸੀਂ ਜ਼ਰੂਰ ਤੋਂ ਇਸ ਦੇ ਤਹਿਤ ਸਮਝ ਸਕਦੇ ਹਾਂ, ਠੀਕ ਹੈ। ਤਾਂ ਇਹ ਕਾਫੀ ਇੰਪੋਰਟੈਂਟ ਟਰਮ, ਇੱਕ ਨੰਬਰ ਦਾ ਕੁਐਸਚਨ ਤੁਹਾਡੇ ਲਈ ਲਗਭਗ ਇਸ ਟੋਪਿਕ ਤੋਂ ਆ ਜਾਇਆ ਕਰਦਾ ਹੈ। ਇੱਕ ਟੋਪਿਕ ਹੋਰ ਜੋ ਕਿ ਹੈ ਇੰਡੀਵਿਜੁਅਲ ਡਿਫੈਂਸਿਸ ਦਾ, ਇੰਡੀਵਿਜੁਅਲ ਡਿਫੈਂਸਿਸ ਦਾ ਵੀ ਇੱਕ ਕੁਐਸਚਨ ਆਉਣਾ ਹੀ ਆਉਣਾ ਹੈ, ਵਿਅਕਤੀਗਤ ਭਿੰਨਤਾਵਾਂ। ਹੁਣ ਵਿਅਕਤੀਗਤ ਭਿੰਨਤਾਵਾਂ ਦੀ ਅਗਰ ਮੈਂ ਗੱਲ ਕਰਾਂ, ਤਾਂ ਵਿਅਕਤੀਗਤ ਭਿੰਨਤਾਵਾਂ ਦੇ ਤਹਿਤ ਅਗਰ ਆਪਾਂ ਸਮਝੀਏ, ਤਾਂ ਹੁਣ ਵਿਅਕਤੀਗਤ ਭਿੰਨਤਾਵਾਂ ਪੈਦਾ ਕਿੱਥੋਂ ਹੋਈਆਂ, ਉਸ ਤੋਂ ਵੀ ਪਹਿਲਾਂ ਅਸੀਂ ਜਾਣੀਏ ਇਸ ਦੇ ਤਹਿਤ। ਤੁਸੀਂ ਹੁਣ ਇੱਕ ਗੱਲ ਤਾਂ ਸੁਣੀ ਹੋਏਗੀ ਜ਼ਰੂਰ ਤੋਂ ਕਿ ਹਰ ਇੱਕ ਪਰਸਨ ਦੂਸਰੇ ਤੋਂ ਅਲੱਗ ਹੁੰਦਾ ਹੈ, ਜਾਂ ਇੱਕ ਪ੍ਰਕਿਰਤੀ ਦਾ ਨਿਯਮ ਹੈ ਕਿ ਹਰ ਇੱਕ ਪਰਸਨ ਦੂਸਰੇ ਤੋਂ ਅਲੱਗ ਹੁੰਦਾ ਹੈ। ਦੇਖੋ ਪ੍ਰਕਿਰਤੀ ਦਾ ਨਿਯਮ ਤਾਂ ਹੈ, ਠੀਕ ਹੈ, ਅਸੀਂ ਸਮਝ ਲੈਂਦੇ ਹਾਂ, ਜਾਣ ਵੀ ਲੈਂਦੇ ਹਾਂ ਇਸ ਨੂੰ, ਪਰ ਪ੍ਰਕਿਰਤੀ ਦਾ ਨਿਯਮ ਇਹ ਥੋੜੀ ਨਾ ਹੈ ਕਿ ਬਸ ਹਾਂ ਇੰਨਾ ਦੱਸ ਦਿਓ ਤਾਂ ਠੀਕ ਹੈ ਅਸੀਂ ਅਲੱਗ ਅਲੱਗ ਹਾਂ। ਰੀਜ਼ਨ ਵੀ ਤਾਂ ਜਾਣਨਾ ਪਏਗਾ, ਔਰ ਰੀਜ਼ਨ ਹੈ ਜਦ ਅਤੇ ਵਾਤਾਵਰਣ ਅਤੇ ਉਹਨਾਂ ਦੋਨਾਂ ਦੇ ਵਿਚਕਾਰ ਹੋਣ ਵਾਲੀਆਂ ਅੰਤਰ ਕਿਰਿਆਵਾਂ। ਦੇਖੋ ਇਹ ਐਚ ਹੋ ਗਿਆ ਹੈਰੀਡਿਟੀ, ਤੇ ਈ ਕੀ ਹੈ, ਈ ਹੈ ਐਨਵਾਇਰਮੈਂਟ। ਤਾਂ ਇਹਨਾਂ ਦੋਨਾਂ ਦੇ ਵਿੱਚ ਜੋ ਅੰਤਰ ਕਿਰਿਆਵਾਂ ਨੇ ਨਾ, ਜਦ ਅਤੇ ਵਾਤਾਵਰਣ, ਇਹਨਾਂ ਦੋਨਾਂ ਵਿੱਚ ਅੰਤਰ ਕਿਰਿਆਵਾਂ ਹੋਣ ਕਰਕੇ ਹੀ ਹਰ ਇੱਕ ਪਰਸਨ ਇੱਕ ਦੂਸਰੇ ਤੋਂ ਅਲੱਗ ਅਲੱਗ ਹੈ। ਇਹੀ ਤਾਂ ਇੱਕ ਰੀਜ਼ਨ ਹੈ ਕਿ ਜਿਸ ਕਰਕੇ ਮੈਂ ਤੁਹਾਡੇ ਤੋਂ ਅਲੱਗ ਹਾਂ, ਤੁਸੀਂ ਮੇਰੇ ਤੋਂ ਅਲੱਗ ਹੋ ਸਕਦੇ ਹੋ, ਬਿਲਕੁਲ ਹੋ ਕੀ ਸਕਦੇ ਹੋ, ਹੋਵੋਗੇ ਹੀ ਹੋਵੋਗੇ, ਆਪਣੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦਾ ਅੰਤਰ ਤਾਂ ਜ਼ਰੂਰ ਤੋਂ ਹੋਏਗਾ ਹੀ ਹੋਏਗਾ। ਉਹ ਬੁੱਧੀ ਦੇ ਆਧਾਰ ਤੇ ਹੋ ਸਕਦਾ ਹੈ, ਉਹ ਆਪਣੇ ਵਿੱਚ ਹਾਈਟ ਦੇ ਆਧਾਰ ਤੇ ਹੋ ਸਕਦਾ, ਉਮਰ ਦੇ ਆਧਾਰ ਤੇ ਹੋ ਸਕਦਾ, ਉਹ ਕਿਸੇ ਵੀ ਬੇਸਿਸ ਤੇ ਹੋ ਸਕਦਾ ਨਾ, ਜੋ ਵੀ ਹੈਰੀਡਿਟੀ ਜਾਂ ਇਨਵਾਇਰਮੈਂਟ ਨਾਲ ਜੁੜਿਆ ਹੋਇਆ ਕੋਈ ਫੈਕਟਰ ਹੋ ਸਕਦਾ ਹੈ।
ਤਾਂ ਉਸ ਤਰੀਕੇ ਨਾਲ ਅਸੀਂ ਉਸਨੂੰ ਦੇਖ ਸਕਦੇ ਹਾਂ। ਤਾਂ ਇਹ ਕਾਫੀ ਇੰਪੋਰਟੈਂਟ ਟਰਮ, ਇਸ ਨੂੰ ਵੀ ਤੁਸੀਂ ਜੋ ਹੈ ਸਮਝ ਲੈਣਾ, ਤਾਂ ਜ਼ਰੂਰ ਤੋਂ ਇਸ ਤੋਂ ਵੀ ਜੋ ਹੈ ਕੁਐਸਚਨ ਨਿਕਾਲਿਆ ਹੀ ਨਿਕਾਲਿਆ ਜਾਂਦਾ ਹੈ। ਕਾਫੀ ਇੱਕ ਇੰਪੋਰਟੈਂਟ ਟਰਮ ਤੁਹਾਡੇ ਲਈ ਇਹ ਵੀ ਜੋ ਹੈ ਰਹਿ ਜਾਇਆ ਕਰਦੀ ਹੈ, ਤਾਂ ਇਸ ਨੂੰ ਵੀ ਤੁਸੀਂ ਜ਼ਰੂਰ ਤੋਂ ਦੇਖ ਸਕਦੇ ਹੋ। ਬਾਕੀ ਇੱਕ ਬੇਸਿਕ ਜੀ ਗੱਲ ਮੈਂ ਤੁਹਾਡੇ ਨਾਲ ਇੱਕ ਹੋਰ ਵੀ ਕਰ ਲੈਂਦਾ ਹਾਂ, ਉਹ ਬੇਸਿਕ ਜੀ ਗੱਲ ਆਪਾਂ ਦੇਖ ਲੈਂਦੇ ਹਾਂ NCF ਦੇ ਲਈ। NCF 2005 ਵਿੱਚ ਆਇਆ, ਠੀਕ ਹੈ। NCF ਦੀ ਫੁੱਲ ਫਾਰਮ ਤਾਂ ਤੁਸੀਂ ਜਾਣਦੇ ਹੀ ਹੋਵੋਗੇ, ਨੈਸ਼ਨਲ ਕਰੀਕੁਲਮ ਫਰੇਮਵਰਕ, ਨੈਸ਼ਨਲ ਕਰੀਕੁਲਮ ਫਰੇਮਵਰਕ 2005। ਇਸ ਤੋਂ ਪਹਿਲਾਂ ਦੇਖੋ ਇਹ 3 ਵਾਰ ਆਲਰੇਡੀ ਆ ਚੁੱਕਿਆ ਸੀ, ਇਹੀ ਨਹੀਂ ਸੀ ਇਸਦਾ 1975, 1988 ਤੇ 2000, ਮੀਨਸ ਹਰ ਵਾਰ ਇੱਕ ਦੂਸਰੇ ਨੂੰ ਸੁਧਾਰਦਾ ਹੋਇਆ ਨੈਕਸਟ ਵਾਲਾ ਸਾਹਮਣੇ ਆਇਆ, ਐਂਡ ਹੁਣ 2005 ਵਾਲੇ ਨੂੰ ਵੀ ਸੁਧਾਰਨ ਵਾਲਾ ਬਹੁਤ ਜਲਦੀ ਸਾਹਮਣੇ ਆਉਣ ਵਾਲਾ ਹੈ। ਮੇ ਬੀ ਉਹ 2020 ਹੋਵੇ, ਠੀਕ ਹੈ। ਬਾਕੀ ਉਹ ਫਾਈਨਲੀ ਹਾਲੇ ਤੱਕ ਆਪਾਂ ਨੂੰ ਨਹੀਂ ਪਤਾ ਕਿਹੜਾ ਹੋਣ ਵਾਲਾ, ਉਹ ਜਿੱਦਾਂ ਵੀ ਹੋਏਗਾ ਸਭ ਅਸੀਂ ਡਿਸਕਸ ਕਰ ਲਾਂਗੇ, ਉਸਦੇ ਰਿਗਾਰਡਿੰਗ ਵੀ ਦੇਖ ਲਾਂਗੇ, ਸਮਝ ਲਾਂਗੇ, ਠੀਕ ਹੈ। ਹੁਣ ਅਗਰ ਮੈਂ ਇੱਥੋਂ ਦੇਖਾਂ, ਇਸ ਦੇ ਰਿਗਾਰਡਿੰਗ ਗੱਲ ਕਰਾਂ ਤੁਹਾਡੇ ਨਾਲ, ਤਾਂ ਉਹ ਚੀਜ਼ ਤੁਸੀਂ ਕਿੱਦਾਂ ਦੇਖ ਸਕਦੇ ਹੋ ਇਸ ਦੇ ਵਿੱਚ? ਦੇਖੋ NCF ਮੀਨਸ ਇੱਕ ਪੰਜਾਬੀ ਵਿੱਚ ਵੈਸੇ ਇਸ ਨੂੰ ਰਾਸ਼ਟਰੀ ਪਾਠਕ੍ਰਮ ਢਾਂਚਾ ਕਿਹਾ ਜਾਂਦਾ ਹੈ। NCF ਦਾ ਇੱਕ ਏਮ ਕਿ ਨੈਸ਼ਨਲ ਲੈਵਲ ਦੇ ਪਾਠਕ੍ਰਮ ਬਣਾਉਣਾ ਸਾਰਿਆਂ ਦੇ ਲਈ ਇੱਕ ਸਮਾਨਤਾ ਦੇ ਆਧਾਰ ਤੇ, ਠੀਕ ਹੈ, ਫਲੈਕਸੀਬਿਲਿਟੀ ਦੇ ਆਧਾਰ ਤੇ, ਕਿ ਲਚਕੀਲਾ ਬਣਾਇਆ ਜਾਏ ਪਾਠਕ੍ਰਮ, ਬੱਚਿਆਂ ਦਾ ਸਰਵਪੱਖੀ ਵਿਕਾਸ ਕਰਨ ਵਾਲਾ ਹੋਵੇ ਅਜਿਹਾ ਪਾਠਕ੍ਰਮ, ਤਾਂ ਇਸ ਤਰ੍ਹਾਂ ਦਾ ਪਾਠਕ੍ਰਮ ਬਣਾਉਣਾ ਇਸ ਦੇ ਤਹਿਤ ਹੈ। ਪਹਿਲੀ ਤੋਂ 12ਵੀਂ ਜਮਾਤ ਤੱਕ ਦੇ, ਫਸਟ ਟੂ 12th ਸਟੈਂਡਰਡ ਤੱਕ ਦੇ ਬੱਚਿਆਂ ਦੇ ਲਈ ਕਰੀਕੁਲਮ ਵੀ ਤਿਆਰ ਕਰਦਾ ਹੈ NCF। ਇਹ ਵੀ ਦੇਖ ਸਕਦੇ ਹੋ NCF ਕਿਹੜੇ ਇਜ਼ਮ ਤੇ ਬੇਸਡ ਹੈ, ਕੁਐਸਚਨ ਪੁੱਛਿਆ ਜਾ ਚੁੱਕਿਆ 2018 ਦੇ CTET ਦੇ ਵਿੱਚ। ਕੰਸਟਰਕਟਿਵਿਜ਼ਮ, ਸਿਰਜਣਾਵਾਦ, ਰਚਨਾਵਾਦ, ਇਹ ਤੁਸੀਂ ਦੇਖ ਸਕਦੇ ਹੋ। ਐਂਡ ਸਿਰਜਣਾਵਾਦੀ ਬੱਚੇ ਨੂੰ ਹਮੇਸ਼ਾ ਇੱਕ ਐਕਟਿਵ ਲਰਨਰ ਹੀ ਕਾਊਂਟ ਕਰਦੇ ਹੈ। ਐਂਡ ਹੁਣ ਇੱਕ ਚੀਜ਼ ਹੋਰ ਵੀ, NCF ਸਾਰੇ ਦਾ ਸਾਰਾ ਚਾਈਲਡ ਸੈਂਟਰਡ ਅਪਰੋਚ ਤੇ ਹੈ ਜੀ, ਬਾਲ ਕੇਂਦਰਿਤ ਜੋ ਹੈ ਅਪਰੋਚ ਤੇ ਰਹਿੰਦਾ ਹੈ, ਉਹ ਤੁਸੀਂ ਦੇਖ ਸਕਦੇ ਹੋ। ਤੇ ਕੁਛ ਇੰਪੋਰਟੈਂਟ ਜੇ ਪੁਆਇੰਟ ਤੁਹਾਡੇ ਲਈ, ਇੱਕ ਹੈ RTE ਐਕਟ 2009, ਹੈ ਨਾ, ਰਾਈਟ ਟੂ ਐਜੂਕੇਸ਼ਨ ਐਕਟ 2009। ਸਿੱਖਿਆ ਦਾ ਅਧਿਕਾਰ ਐਕਟ 2009, ਇਸ ਦੀ ਪੰਜਾਬੀ ਟ੍ਰਾਂਸਲੇਸ਼ਨ ਵੀ ਲਿਖ ਦੇ ਰਿਹਾ ਹਾਂ ਤੁਹਾਡੇ ਸਾਹਮਣੇ। ਦੇਖੋ 2009 ਹੈ, ਠੀਕ ਹੈ, 2009 ਵਿੱਚ ਤੁਸੀਂ ਕਹਿ ਸਕਦੇ ਹੋ ਕਿ ਪਾਸ ਹੋ ਗਿਆ ਸੀਗਾ ਇੰਡੀਆ ਵਿੱਚ, ਬਟ ਲਾਗੂ ਨਹੀਂ ਹੋਇਆ ਸੀ। ਲਾਗੂ ਹੋਇਆ ਜਾਣਦੇ ਹੋਵੋਗੇ 1 ਅਪ੍ਰੈਲ 2010 ਵਿੱਚ, ਉਸ ਟਾਈਮ ਤੇ ਇੱਕ ਹੀ ਸੀਟ ਸੀ ਜਿਹਦੇ ਵਿੱਚ ਲਾਗੂ ਨਹੀਂ ਹੋਇਆ ਸੀ, ਐਂਡ ਉਹ ਸੀ ਜੰਮੂ ਐਂਡ ਕਸ਼ਮੀਰ, ਇਹ ਸਭ ਤੁਸੀਂ ਜਾਣਦੇ ਹੋਵੋਗੇ, ਠੀਕ ਹੈ। ਬਾਕੀ ਇਹ ਵੀ ਇੱਕ ਤੁਸੀਂ ਸਮਝ ਸਕਦੇ ਹੋ, RTE ਜੋ ਹੈ 6 ਤੋਂ 14 ਸਾਲ ਤੱਕ ਦੇ ਬੱਚਿਆਂ ਨੂੰ ਮੁਫ਼ਤ ਅਤੇ ਲਾਜ਼ਮੀ ਸਿੱਖਿਆ ਪ੍ਰੋਵਾਈਡ ਕਰਦਾ ਹੈ। ਐਂਡ ਇੰਡੀਆ ਮੁਫ਼ਤ ਅਤੇ ਲਾਜ਼ਮੀ ਸਿੱਖਿਆ ਪ੍ਰੋਵਾਈਡ ਕਰਨ ਵਾਲਾ 135ਵੀਂ ਕੰਟਰੀ ਬਣਿਆ ਸੀ, 135ਵਾਂ ਦੇਸ਼ ਬਣਿਆ ਸੀ। ਇਸ ਚੀਜ਼ ਨੂੰ ਵੀ ਤੁਸੀਂ ਇਸ ਦੇ ਲਈ ਸਮਝ ਸਕਦੇ ਹੋ, ਕਾਫ਼ੀ ਇੱਕ ਇੰਪੋਰਟੈਂਟ ਟਰਮ ਤੁਹਾਡੇ ਲਈ ਇਹ ਵੀ ਕੰਮ ਕਰੇਗੀ, ਠੀਕ ਹੈ। ਇਸ ਤੋਂ ਇਲਾਵਾ ਇਹ ਤਾਂ ਰਹਿੰਦਾ ਹੀ ਜੀ ਨੋਰਮਲ ਬੱਚਿਆਂ ਦੇ ਲਈ, ਅਗਰ ਗੱਲ ਕਰੇਗਾ ਡਿਸੇਬਲਡ ਬੱਚਿਆਂ ਦੇ ਲਈ, ਤਾਂ ਡਿਸੇਬਲਡ ਜਾਂ ਅਸਮਰਥ ਬੱਚਿਆਂ ਦੇ ਲਈ ਇਹ ਉਮਰ ਨਹੀਂ ਹੈ ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ, ਉਹ ਹੈ 6 ਤੋਂ 18 ਸਾਲ, ਠੀਕ ਹੈ। ਇਹ ਕੁਐਸਚਨ ਵੀ CTET ਦੇ ਵਿੱਚ ਆਇਆ ਹੋਇਆ, ਪਹਿਲਾਂ ਵੀ ਅਸੀਂ ਕਾਫੀ ਵਾਰ ਡਿਸਕਸ ਕਰ ਚੁੱਕੇ ਹਾਂ। ਅਸਮਰਥ ਬੱਚਿਆਂ ਦੇ ਲਈ ਇਹ ਉਮਰ 6 ਤੋਂ 18 ਸਾਲ ਹੋ ਜਾਂਦੀ ਹੈ, ਠੀਕ ਹੈ, ਜੋ ਮੁਫ਼ਤ ਅਤੇ ਲਾਜ਼ਮੀ ਸਿੱਖਿਆ ਦੇ ਲਈ। ਹੁਣ ਇਹਨਾਂ ਦੇ ਲਈ ਸਟੈਂਡਰਡ ਵੀ ਚੇਂਜ ਹੋ ਜਾਏਗਾ ਨਾ, ਫਸਟ ਟੂ 12th ਸਟੈਂਡਰਡ ਹੈ, ਪਹਿਲੀ ਤੋਂ 12ਵੀਂ ਜਮਾਤ ਹੈ, ਬਟ ਉਸ ਕੇਸ ਵਿੱਚ ਕੀ ਦੇਖਦੇ ਹੋ ਤੁਸੀਂ, ਉਸ ਕੇਸ ਦੇ ਵਿੱਚ ਫਸਟ ਟੂ 8th ਹੈ, ਜੋ ਇੱਕ ਨੋਰਮਲ ਬੱਚਿਆਂ ਦੇ ਲਈ ਰੱਖਿਆ ਜਾਂਦਾ ਹੈ, ਸਧਾਰਨ ਬੱਚਿਆਂ ਦੇ ਲਈ। ਬਟ ਕੋਈ ਅਸਮਰਥ ਬਾਲਕ ਹੋਏਗਾ, ਡਿਸੇਬਲਡ ਹੋਏਗਾ, ਤਾਂ ਉਸਦੇ ਲਈ 6 ਤੋਂ 18 ਸਾਲ। ਤਾਂ ਕਾਫੀ ਇੰਪੋਰਟੈਂਟ ਟਰਮਸ ਜੋ ਕਿ ਮੈਂ ਤੁਹਾਡੇ ਨਾਲ ਡਿਸਕਸ ਕੀਤੀਆਂ ਹੈ ਅੱਜ, ਠੀਕ ਹੈ। ਐਂਡ ਹੁਣ ਤੁਹਾਡਾ ਪਰਪਸ ਕੀ ਹੋਣਾ ਚਾਹੀਦਾ, ਬਸ ਮੈਕਸੀਮਮ ਫਰੈਂਡਸ ਤੱਕ ਸ਼ੇਅਰ ਕਰ ਦਿਓ, ਮੇਰੇ ਲਈ ਉੱਥੋਂ ਹੀ ਮੈਨੂੰ ਜੋ ਹੈ ਮੋਟੀਵੇਸ਼ਨ ਮਿਲਣ ਵਾਲੀ ਹੈ। ਐਂਡ ਵੀਡੀਓ ਤਾਂ ਵਧੀਆ ਲੱਗੀ ਹੋਏਗੀ, ਲਾਈਕ ਜ਼ਰੂਰ ਤੋਂ ਕਰਨੀ ਹੀ ਕਰਨੀ ਹੈ। ਬਾਕੀ ਦੇ ਵੀ ਜੋ ਹੈ ਕੁਛ ਰਹਿੰਦੇ ਇੰਪੋਰਟੈਂਟ ਟੋਪਿਕਸ ਵੀ ਮੈਂ ਨੈਕਸਟ ਵੀਡੀਓ ਦੇ ਵਿੱਚ ਕਵਰ ਕਰ ਦੇਊਂਗਾ। ਐਂਡ ਦੇਖੋ ਵੈਸੇ ਇਹਨਾਂ ਦੇ ਲਈ 55 ਦੇ ਕਰੀਬ ਲੈਕਚਰਸ ਲੱਗਦੇ ਆ, ਇਹ ਸਾਰੇ ਦੇ ਸਾਰੇ ਟੋਪਿਕਸ ਜੋ ਮੈਂ ਤੁਹਾਨੂੰ ਸਿਰਫ 3 ਵੀਡੀਓਜ਼ ਦੇ ਵਿੱਚ ਇੱਕ ਜੋ ਹੈ ਇੱਕ ਓਵਰਵਿਊ ਜਿਹਾ ਦੇਣ ਜਾ ਰਿਹਾ ਹਾਂ। ਮੀਨਸ ਹੁਣ ਇਹ ਚੀਜ਼ਾਂ ਤਾਂ ਸਾਨੂੰ ਇੱਕ ਟਾਈਮ ਦੇ ਨਾਲ ਹੀ ਕਰਨੀਆਂ ਪੈਂਦੀਆਂ ਨਾ, ਤਾਂ ਹੀ ਉਹਨਾਂ 'ਤੇ ਜੋ ਹੈ ਸਾਡਾ ਵੀ ਫੋਕਸ
ਫੋਕਸ ਬਣ ਪਾਉਂਦਾ ਹੈ, ਤਾਂ ਹੀ ਉਹਨਾਂ ਤੇ ਸਾਡੀ ਵਿੱਚੋਂ ਇਹ ਪਕੜ ਬਣ ਪਾਉਂਦੀ ਹੈ। ਤਾਂ ਠੀਕ ਹੈ, ਜੋ ਅਸੀਂ ਇਸ ਟਾਈਮ ਤੇ ਆਪਣਾ ਬੈਸਟ ਦੇ ਸਕਦੇ ਹਾਂ ਉਹ ਅਸੀਂ ਦੇ ਰਹੇ ਹਾਂ, ਠੀਕ ਹੈ। ਤਾਂ ਬਾਕੀ ਇੱਕ ਚੀਜ਼ ਪਹਿਲਾਂ ਵੀ ਮੈਂ ਤੁਹਾਨੂੰ ਦੱਸ ਚੁੱਕਿਆ ਹਾਂ, ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਬਿਲਕੁਲ ਡਿਸਕ੍ਰਿਪਸ਼ਨ ਦਾ ਚੈੱਕ ਕਰ ਹੀ ਸਕਦੇ ਹੋ, ਠੀਕ ਹੈ। ਉਹਦੇ ਵਿੱਚ ਕਾਫੀ ਸਾਰੀਆਂ ਜੋ ਹੈ ਪ੍ਰੀਵੀਅਸ ਜੋ ਵੀ ਪੇਪਰਸ ਅਸੀਂ ਡਿਸਕਸ ਕੀਤੇ ਹੋਏ ਆ ਸੀਟੈਟ ਦੇ, ਉਹਨਾਂ ਨੂੰ ਤੁਸੀਂ ਦੇਖ ਸਕਦੇ ਹੋ। ਐਂਡ ਬਾਕੀ ਮੈਕਸਿਮਮ ਫਰੈਂਡਸ ਤੱਕ ਇਸ ਵੀਡੀਓ ਨੂੰ ਪਹੁੰਚਾ ਦਿਓ ਜੀ, ਜੋ ਵੀ ਨੀਡੀ ਪਰਸਨਸ ਨੇ ਇਸ ਦੇ ਲਈ, ਐਂਡ ਸਪੈਸ਼ਲੀ PSET ਦੀ ਪ੍ਰੈਪਰੇਸ਼ਨ ਕਰ ਰਹੇ ਨੇ। ਐਂਡ ਠੀਕ ਹੈ, ਬਿਲਕੁਲ ਨੈਕਸਟ ਵੀਡੀਓ ਦੇ ਵਿੱਚ ਆਪਾਂ ਜੋ ਬਾਕੀ ਦੇ ਰਹਿੰਦੇ ਇੰਪੋਰਟੈਂਟ ਟੋਪਿਕਸ ਇਸ ਦੇ ਲਈ ਡਿਸਕਸ ਕਰਦੇ ਹਾਂ, ਜਿੱਦਾਂ ਕਿ ਪਰਸਨੈਲਿਟੀ ਹੈ, ਜਾਂ ਫਿਰ ਇਸ ਦੇ ਨਾਲ ਮੋਟੀਵੇਸ਼ਨ ਵੀ ਹੈ, ਜਾਂ ਕੁਛ ਹੋਰ ਜੋ ਹੈ ਪੈਡਾਗੋਜੀ ਦੇ ਟੋਪਿਕਸ ਨੂੰ ਵੀ ਅਸੀਂ ਦੇਖ ਲਾਂਗੇ। ਓਕੇ ਜੀ, ਬਾਏ ਬਾਏ। ਮੈਕਸਿਮਮ ਫਰੈਂਡਸ ਤੱਕ ਬਸ ਸ਼ੇਅਰ ਕਰਨਾ ਨਾ ਭੁੱਲਿਓ। ਬਾਕੀ ਮਿਲਾਂਗੇ ਫਿਰ ਆਪਾਂ ਜੋ ਹੈ ਨੈਕਸਟ ਵੀਡੀਓ ਦੇ ਵਿੱਚ।